ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਮਿੰਟੂ ਗੁਰੂਸਰੀਆ ਜੀ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਰ ਸਿਟੀ ਤੋਂ, ਵਜੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਤੁਸੀਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ 209-277-1013, 209-277-1013। ਦੋ ਲੋਕੇਸ਼ਨਸ ਨੇ, ਸੈਂਟਾ ਨੇਲਾ ਅਤੇ ਮੰਡੇਰਾ ਦੇ ਵਿੱਚ। ਅਸੀਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-7278-98 ਜਾਂ 408-272-5100 ਦੇ ਉੱਤੇ। ਮਿੰਟੂ ਜੀ, ਅਗਲੀ ਜਿਹੜੀ ਆਪਣੀ ਅੱਜ ਦੀ ਪਹਿਲੀ ਖਬਰ, ਉਸ ਦੇ ਉੱਤੇ ਨਜ਼ਰ ਬਣਾਉਂਦੇ ਹਾਂ ਵੀ ਤ੍ਰਿਪੁਰਾ ਦੇ ਵਿੱਚ ਲੈਨਿਨ ਦੀਆਂ ਮੂਰਤਾਂ ਦੇ ਉੱਤੇ ਹੱਲੇ ਜਾਰੀ। ਉੱਧਰ ਭਾਜਪਾ ਆਗੂ ਨੇ ਕਿਹਾ ਹੁਣ ਵਾਰੀ ਪੈਰੀਆਰ ਦੀ। ਦੇਖੋ, ਦਿੱਲੀ ਸਰਕਾਰ ਬਣੀ ਸੀਗੀ ਤੇ ਉਹਨਾਂ ਨੇ ਬਣਦੇ ਸਾਰ ਪਾਣੀ ਦੇ ਰੇਟ ਘਟਾਏ ਸੀਗੇ। ਉਹਨਾਂ ਨੇ ਪਾਣੀ ਦਾ ਰੇਟ ਘਟਾ ਕੇ ਖੁਸ਼ੀ ਮਨਾਈ ਸੀ ਸਰਕਾਰ ਬਣਨ ਦੀ, ਇਹਨਾਂ ਨੇ ਕਾਮ ਰੇਟਾਂ ਦੇ ਘਰ ਜਲਾ ਕੇ ਇੱਥੇ ਖੁਸ਼ੀ ਮਨਾਈ ਹੈ। ਪਰ ਕਦੋਂ ਸਰਕਾਰਾਂ ਚ ਰਾਜਨੀਤੀ ਦਾ ਕਿਸੇ ਦਾ ਕਿੰਨਾ ਵੀ ਫਰਕ ਹੋ ਸਕਦਾ, ਪਰ ਆ ਜਿਹੜੀ ਸ਼ੁਰੂਆਤ ਹੋਈ ਹੈ ਇਹ ਵੱਖੋ ਵੱਖ ਢੰਗ ਨਾਲ ਹੋਈ ਹੈ। ਕੇਜਰੀਵਾਲ ਸਰਕਾਰ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਪਾਣੀ ਤੋਂ ਹੋਈ ਸੀਗੀ, ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਉੱਥੋਂ ਅੱਗ ਤੋਂ ਕੀਤੀ ਆ। ਵੈਸੇ ਵੀ ਨਰਿੰਦਰ ਮੋਦੀ ਜਿੱਦਣ ਜਿੱਤੇ ਸੀਗੇ ਤ੍ਰਿਪੁਰਾ ਦੇ ਵਿੱਚ ਤੇ ਉਦਣ ਕਹਿੰਦਾ ਸੀਗਾ ਕਿ ਜਦੋਂ ਸੂਰਜ ਚੜ੍ਹਦਾ ਉਦੋਂ ਉਹਦਾ ਰੰਗ ਕੇਸਰੀਆ ਹੁੰਦਾ। ਮੇਰੇ ਖਿਆਲ ਦੇ ਨਾਲ ਸੂਰਜ ਕੁਛ ਜ਼ਿਆਦਾ ਹੀ ਤਪਿਆ ਪਿਆ ਉੱਥੇ ਕੇਸਰੀਆ, ਤਾਂ ਉੱਥੇ ਜੋ ਕੁਛ ਹੁੰਦਾ ਪਿਆ ਬਹੁਤ ਜ਼ਿਆਦਾ ਗੰਭੀਰ ਆ। ਕਿਉਂਕਿ ਦੇਖੋ, ਬੁੱਤ ਤੋੜਨ ਵਾਲੀ ਜਿਹੜੀ ਗੱਲ ਹੈ ਨਾ, ਵੈਸੇ ਤੇ ਉਹ ਗੱਲ ਬਹੁਤ ਵੱਡੀ ਆ, ਪਰ ਬੁੱਤ ਕਿਉਂਕਿ ਬੁੱਤਾਂ ਤੱਕ ਹੀ ਸਾਰਾ ਕੁਛ ਆ ਜਿਹੜਾ ਇੱਥੇ ਭਾਰਤ ਦੇ ਵਿੱਚ ਸੀਮਤ ਰਹਿ ਜਾਂਦਾ, ਉਹ ਬੁੱਤਾਂ ਦਾ ਬਹੁਤ ਵੱਡਾ ਇੱਥੇ ਬਤੰਗੜ ਬਣ ਜਾਂਦਾ। ਪਰ ਗੱਲ ਇਹ ਆ ਕਿ ਇਹ ਭਾਰਤੀ ਜਨਤਾ ਪਾਰਟੀ ਵਾਲੇ ਉਸ ਆਈਡੀਓਲੋਜੀ ਨੂੰ ਤੋੜਦੇ ਪਏ ਆ ਬੁੱਤਾਂ ਦੇ ਬਹਾਨੇ, ਜਿਸ ਆਈਡੀਓਲੋਜੀ ਤੋਂ ਇਹਨਾਂ ਨੂੰ ਖਤਰਾ ਮਹਿਸੂਸ ਹੁੰਦਾ। ਔਰ ਕੋਈ ਵੀ ਚਾਹੇ ਆਈਡੀਓਲੋਜੀ ਹੈ ਜਿਹੜੀ ਇਹਨਾਂ ਦੀ ਆਈਡੀਓਲੋਜੀ ਤੋਂ ਉਹ ਨਾਬਰ ਹੁੰਦੀ ਆ, ਤਾਂ ਉਸ ਆਈਡੀਓਲੋਜੀ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਂਦਾ। ਤਾਂ ਹੁਣ ਇਸ ਸਮੇਂ ਇਸੇ ਗੱਲ ਨੂੰ ਲੈ ਕੇ ਗੰਭੀਰਤਾ ਚਿੰਤਾ ਲੋਕਾਂ ਦੇ ਵਿੱਚ ਕਿ ਇਹ ਪਹਿਲਾਂ ਬਾਬਰੀ ਮਸਜਿਦ, ਹੁਣ ਲੈਨਿਨ ਦਾ ਬੁੱਤ, ਇਸ ਤੋਂ ਪਹਿਲਾਂ ਅੰਬੇਦਕਰ ਦਾ ਬੁੱਤ ਤੋੜਿਆ ਗਿਆ, ਕਿ ਆਖਰੀ ਜਾ ਕਿੱਧਰ ਨੂੰ ਰਹੇ ਆ ਔਰ ਅੱਗੇ ਜਾਣਗੇ ਕਿੱਧਰ। ਚਿੰਤਾ ਇਸ ਗੱਲ ਨੂੰ ਲੈ ਕੇ ਆ। ਬੁੱਤਾਂ ਨਾਲ ਤਾਂ ਤੁਹਾਨੂੰ ਪਤਾ ਹੀ ਇਹਨਾਂ ਦਾ ਵੈਰ ਪਿਆ ਸ਼ੁਰੂ ਤੋਂ ਹੀ, ਔਰ ਅੰਬੇਦਕਰ ਦਾ ਜਦੋਂ ਬੁੱਤ ਤੋੜਿਆ ਸੀ ਉਦੋਂ ਕੋਈ ਨੀ ਬੋਲਿਆ, ਹੁਣ ਕਾਮਰੇਡ ਚੀਕਦੇ ਪਏ ਆ। ਤਾਂ ਕਾਮਰੇਡਾਂ ਨੂੰ ਦੂਸਰੇ ਸਵਾਲ ਕਰਦੇ ਆ ਕਿ ਜਦੋਂ ਅੰਬੇਦਕਰ ਦੇ ਬੁੱਤ ਤੋੜੇ ਜਾ ਰਹੇ ਸੀ ਤੁਸੀਂ ਕਿਉਂ ਨੀ ਸੀ ਬੋਲਦੇ? ਦਰਬਾਰ ਸਾਹਿਬ ਤੇ ਹਮਲਾ ਹੋਇਆ ਜਦੋਂ, ਉਦੋਂ ਜਦੋਂ ਦਰਬਾਰ ਸਾਹਿਬ ਤੋੜ ਦਿੱਤਾ ਗਿਆ, ਢਾ ਦਿੱਤਾ ਗਿਆ, ਉਹ ਜਿਹੜੇ ਦਰਬਾਰ ਸਾਹਿਬ ਦੇ ਹਮਾਇਤੀ ਆ ਉਹ ਵੀ ਸਵਾਲ ਕਰਦੇ ਪਏ ਆ। ਸਵਾਲ ਆਪੋ ਆਪਣੀ ਥਾਂ ਤੇ ਆਈਡੀਓਲੋਜੀਆਂ ਜਿਹੜੀਆਂ ਉਹ ਇੱਕ ਦੂਸਰੇ ਨੂੰ ਕਰੀ ਜਾ ਰਹੀਆਂ, ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਉੱਥੇ ਸ਼ੁਰੂਆਤ ਕੀਤੀ ਆ ਉਹ ਸ਼ੁਰੂਆਤ ਇੱਕ ਐਲਾਨੀਆ ਹੈ। ਐਲਾਨੀਆ ਸ਼ੁਰੂਆਤ ਇਸ ਗੱਲ ਨੂੰ ਲੈ ਕੇ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਕੁਛ ਕਰ ਸਕਦੇ ਹਾਂ। ਹੁਣ ਜਿੱਦਾਂ ਪੇਰੀਅਰ ਦਾ ਉਹਨਾਂ ਨੇ ਕਹਿ ਦਿੱਤਾ, ਦੇਖੋ ਇੱਥੋਂ ਤੱਕ ਸੀਮਿਤ ਨਹੀਂ ਰਹੇ। ਮੈਂ ਜਿਵੇਂ ਤੁਹਾਨੂੰ ਕਹਿੰਦਾ ਬੁੱਤ ਇੱਕ ਨਹੀਂ ਹੈ, ਬੁੱਤ ਦਾ ਮਸਲਾ ਹੋਵੇ ਨਾ ਤੇ ਫਿਰ ਤੇ ਅਸੀਂ ਜਾ ਜਾਈਏ ਕਿ ਠੀਕ ਹੈ ਇੱਕ ਦੋ ਥਾਵਾਂ ਤੇ ਪਬਲਿਕ ਕਿੱਦਾਂ ਕਰ ਦਿੰਦੀ ਹੈ। ਅੰਬੇਦਕਰ ਦਾ ਬੁੱਤ, ਲੈਨਿਨ ਦਾ ਬੁੱਤ, ਕਿੰਨੇ ਇਸ ਤਰ੍ਹਾਂ ਦੇ ਵਾਕਿਆ ਹੋਏ ਆ ਚਲੋ, ਪਰ ਆਹ ਜਿਹੜਾ ਹੁਣ ਉੱਤੋਂ ਇਹ ਐਲਾਨ ਕਰਦੇ ਪਏ ਆ, ਐਲਾਨੀਆ ਕਹਿੰਦੇ ਪਏ ਆ ਕਿ ਅਸੀਂ ਇੱਥੇ ਨਹੀਂ ਖੜਨਾ। ਹੁਣ ਇਹ ਪੇਰੀਅਰ ਕੌਣ ਸੀਗਾ? ਪੇਰੀਅਰ ਪਹਿਲਾਂ ਤੇ ਦੇਖਣਾ ਬਹੁਤ ਲਾਜ਼ਮੀ ਆ। ਪੇਰੀਅਰ ਦਲਿਤਾਂ ਲਈ ਸਨਮਾਨ ਦੀ ਲੜਾਈ ਸ਼ੁਰੂ ਕਰਨ ਵਾਲਾ ਇੱਕ ਬਹੁਤ ਵੱਡਾ ਲੀਡਰ ਸੀਗਾ ਦੱਖਣ ਦਾ ਪੇਰੀਅਰ। ਹੁਣ ਉਹਦੀ ਵੀ ਆਈਡੀਓਲੋਜੀ ਵੱਖਰੀ ਹੈ ਕਿਉਂਕਿ ਉਹ ਮੂਲ ਵਾਸੀਆਂ ਨੂੰ ਇੱਥੋਂ ਦੇ ਨੂੰ ਜਗਾ ਰਿਹਾ ਸੀਗਾ, ਉਹਨਾਂ ਨੂੰ ਸੰਗਠਿਤ ਕਰਦਾ ਪਿਆ ਸੀਗਾ ਕਿ ਤੁਹਾਨੂੰ ਆਤਮ ਸਨਮਾਨ ਤਾਂ ਮਿਲਣਾ ਜੇ ਤੁਸੀਂ ਏਕੇ ਦੇ ਧਾਗੇ ਚ ਪਰੋਏ ਜਾਓਗੇ।
ਸੁਪੀਰੀਅਰ ਦੀ ਇਹ ਹਸਤੀ ਹੈ ਦੇਣ ਆ। ਤਾਂ ਹੁਣ ਇਹਨਾਂ ਦਾ ਇੱਕ ਜਿਹੜਾ ਬਹੁਤ ਵੱਡਾ ਆਗੂ ਆ ਐਚ ਰਾਜਾ, ਉਹਨੇ ਸਿੱਧਾ ਹੀ ਫੇਸਬੁੱਕ ਤੇ ਪਾ ਦਿੱਤਾ ਲਿਖ ਕੇ ਹੁਣ ਵਾਰੀ ਪੈਰੀਅਰ ਦੀ ਹੈ। ਤਾਂ ਦੂਜੇ ਪਾਸੇ ਜਿਹੜੇ ਦਲਿਤਾਂ ਦੇ ਆਗੂ ਉਹਨਾਂ ਆਖਿਆ ਕਿ ਫਿਰ ਤੂੰ ਮੂਰਤੀਆਂ ਨੂੰ ਹੱਥ ਲਾ ਕੇ ਦੇਖ, ਤੁਹਾਡੇ ਹੱਥ ਫਿਰ ਅਸੀਂ ਕੱਟਦੇ ਕਿੱਦਾਂ। ਹਾਲਾਂਕਿ ਦੱਖਣ ਦੇ ਬਹੁਤ ਸਾਰੇ ਲੀਡਰ ਉਹ ਵੀ ਆ ਗਏ ਆ, ਜਿੱਦਾਂ DMK ਵਾਲੇ ਆ ਜਾਂ ਹੋਰ ਦੂਸਰੇ ਤੀਸਰੇ ਆ, ਉਹਨਾਂ ਨੇ ਵੀ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਅੱਗੋਂ ਕਰ ਦਿੱਤੀਆਂ। ਮਤਲਬ ਕਿ ਦੇਖੋ ਤ੍ਰਿਪੁਰਾ ਦੇ ਵਿੱਚ ਲੈਨਨ ਦੇ ਦੋ ਇਹਨਾਂ ਨੇ ਬੁੱਤ ਡਿੱਗਿਆ, ਨਾਲ ਦੀ ਨਾਲ ਇੱਥੇ ਭੰਬੂਕਾ ਮੱਚ ਪਿਆ ਇੰਡੀਆ 'ਚ। ਸੋ ਹੁਣ ਅੱਗੇ ਇਲੈਕਸ਼ਨ ਆ, ਜਿਸ ਤਰੀਕੇ ਨਾਲ ਉੱਥੋਂ ਸ਼ੁਰੂਆਤ ਹੋਈ ਆ, ਉਸ ਸ਼ੁਰੂਆਤ ਤੋਂ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਅੱਗੇ ਅੱਗ ਦਾ ਰੂਪ ਲੈ ਸਕਦੀਆਂ। ਕਿਉਂ ਤੁਸੀਂ ਇੱਕ ਸ਼ਾਇਦ ਬਿਆਨ ਹੋਰ ਸੁਣ ਲਿਆ ਹੋਣਾ, ਇੱਥੇ ਇੱਕ ਸ੍ਰੀ ਸਰਦਾ, ਉਹਦੇ ਤੇ ਸਿਰੀਆਂ ਪਤਾ ਨੀ ਕਿੰਨੀਆਂ ਕੁ ਲੱਗੀਆਂ, ਉਹ ਸ੍ਰੀ ਉਹ ਸ੍ਰੀ ਕੀ ਕਹਿੰਦਾ, ਉਹ ਕਹਿੰਦਾ ਜੀ ਕਿ ਜੇ ਇੱਥੇ ਸੁਪਰੀਮ ਕੋਰਟ ਨੇ ਰਾਮ ਮੰਦਿਰ ਦੇ ਹੱਕ ਦੇ ਵਿੱਚ ਫੈਸਲਾ ਨਾ ਦਿੱਤਾ ਤਾਂ ਸ੍ਰੀ ਕੀ ਕਹਿੰਦਾ ਕਿ ਇਹ ਮੁਲਕ ਸੀਰੀਆ ਬਣ ਜਾਊ। ਦੇਖ ਲਓ ਹਾਲ, ਇਹ ਹੁਣ ਸਿੱਧੇ ਤੌਰ ਤੇ ਦੇਖ ਲਓ ਕਿ ਸੁਪਰੀਮ ਕੋਰਟ ਤੋਂ ਵੀ ਧਮਕੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਜੋੜ ਕੇ ਦੇਖ ਲਓ, ਇਹਨਾਂ ਦਾ ਜੇ ਜੁੜਾਵ ਕਰੋਗੇ ਆਪੋ ਵਿੱਚ ਦੀ, ਇੱਕੋ ਵੇਲੇ ਦਲਿਤਾਂ ਨੂੰ, ਇੱਕੋ ਵੇਲੇ ਕਾਮਰੇਡਾਂ ਨੂੰ, ਇੱਕੋ ਵੇਲੇ ਘੱਟ ਗਿਣਤੀਆਂ ਨੂੰ, ਸਾਰਿਆਂ ਨੂੰ ਡਰਾਵਾ ਦਿੱਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਹ ਕੁਛ ਕਰਾਂਗੇ। ਔਰ ਇਹ ਕਾਹਦੇ ਲਈ ਕੀਤਾ ਜਾ ਰਿਹਾ ਕਿ ਜੋ ਬਹੁ ਗਿਣਤੀ ਵੋਟ ਬੈਂਕ ਆ, ਬਹੁ ਗਿਣਤੀ ਵੋਟ ਬੈਂਕ ਨੂੰ ਕਨਫਿਊਜ਼ ਕੀਤਾ ਜਾਵੇ, ਉਹਨਾਂ ਨੂੰ ਧਰਮ ਦੇ ਨਾਂ ਤੇ, ਫਿਰਕੇ ਦੇ ਨਾਂ ਤੇ। ਸੋ ਇਹ ਹੁਣ ਕੋਸ਼ਿਸ਼ ਚੱਲ ਪਈ ਆ, ਇਹਦਾ ਅੰਦਾਜ਼ਾ ਸੀਗਾ, ਅਸੀਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਕਿ ਇਹੋ ਜਿਹਾ ਕੰਮ ਹੋ ਸਕਦਾ। ਤਾਂ ਇਹਦੀ ਸ਼ੁਰੂਆਤ ਤ੍ਰਿਪੁਰਾ ਤੋਂ ਹੋਈ ਆ, ਸ਼ੁਰੂਆਤ ਲੈਨਿਨ ਤੋਂ ਹੋਈ ਆ। ਬੁੱਤਾਂ ਦੀ ਜਿਹੜੀ ਗੱਲ ਕਹੀ ਆ, ਮੈਂ ਕਿਹਾ ਇਹ ਮਾਮੂਲੀ ਗੱਲ ਆ, ਮਾਮੂਲੀ ਮੈਂ ਇਸ ਕਰਕੇ ਕਹਿ ਰਿਹਾ ਕਿ ਕਾਮਰੇਡ ਵਿਚਾਰਧਾਰਾ ਏਦਾਂ ਦੀ ਆ ਕਿ ਬੁੱਤਾਂ ਮਤਾਂ ਵਾਲੇ ਚੱਕਰਾਂ 'ਚ ਪੈਂਦੀ ਨੀ, ਪਰ ਬੁੱਤ ਬਣਾਈ ਫਿਰਦੇ ਆ। ਵਾਰੀ ਨੀ ਡਿੱਗਿਆ ਗਿਆ, ਜਰਮਨ ਚੱਕ ਲਓ, ਜਰਮਨ ਦੇ ਵਿੱਚ 1991 ਚ ਡਿੱਗਿਆ ਗਿਆ ਸੀ। ਜਦ ਸੋਵੀਅਤ ਯੂਨੀਅਨ ਟੁੱਟਿਆ, ਉੱਥੇ ਵੀ ਇਹਦੀਆਂ ਮੂਰਤੀਆਂ ਡਿੱਗੀਆਂ ਗਈਆਂ ਸੀ, ਬੁਖਾਰੈਸਟ ਦੇ ਵਿੱਚ ਡਿੱਗੀਆਂ ਗਈਆਂ ਸੀ, ਰੋਮਾਨੀਆ ਦੇ ਵਿੱਚ। ਸੋ ਬਹੁਤ ਥਾਵਾਂ ਤੇ ਹੋਇਆ, ਯੂਕਰੇਨ ਦੇ ਵਿੱਚ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਨੇ ਮੂਰਤੀਆਂ ਜਿਹੜੀਆਂ ਡਿੱਗ ਦਿੱਤੀਆਂ ਸੀਗੀਆਂ। ਇਹ ਇੱਕ ਚੱਲਦਾ ਹੀ ਆ, ਕੰਫਲਿਕਟ ਚੱਲਦਾ। ਪਰ ਜਿਸ ਤਰੀਕੇ ਨਾਲ ਅੱਗੋਂ ਰਿਐਕਸ਼ਨ ਮਿਲੇ ਆ, ਜਿਸ ਤਰੀਕੇ ਨਾਲ ਅੱਗੋਂ ਸ਼ਹਿ ਮਿਲਦੀ ਪਈ ਆ, ਅੱਗੋਂ ਅੱਗ ਦੇ ਵਿੱਚ ਤੇਲ ਸੁੱਟਿਆ ਜਾ ਰਿਹਾ, ਉਹ ਬਹੁਤ ਖਤਰਨਾਕ ਲੱਗਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਉਹੀ ਦਿਸ਼ਾ ਅਖਤਿਆਰ ਕਰਦੀ ਨਜ਼ਰ ਆਉਂਦੀ ਹੈ ਜੋ ਲਗਭਗ 2014 ਚ ਕਰ ਗਈ ਸੀ। ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਤੇ ਕਹਿੰਦੇ ਹੁਣ ਸਾਹਮਣੇ ਆਇਆ ਆ TDS ਘੁਟਾਲਾ। ਦੇਖੋ ਜਿਹੜਾ TDS ਘੁਟਾਲਾ ਆ, TDS ਘੁਟਾਲਾ ਬੜਾ ਇੱਕ ਰੋਚਕ ਘੁਟਾਲਾ, ਇਹਦੇ ਵਿੱਚ ਰਗੜਾ ਕਿਸ ਤਰ੍ਹਾਂ ਲੱਗਾ, ਇਹ ਕਮਾਲ ਦੀ ਗੱਲ ਹੈ। ਉਦਾਂ TDS ਕਿਉਂਕਿ ਸ਼ਾਰਟ ਫਾਰਮ ਦੇ ਵਿੱਚ ਆ ਜਾਂਦਾ, ਤਾਂ ਜੇ ਫੁੱਲ ਫਾਰਮ ਦੇ ਵਿੱਚ ਇਹਨੂੰ ਕਹਿਣਾ ਹੋਵੇ ਤਾਂ ਆਪਾਂ ਕਹਾਂਗੇ ਟੈਕਸ ਡਿਡਕਟਡ ਐਂਡ ਸੋਰਸ। ਸੋ ਇਹ ਕੀ ਮਾਜ਼ਰਾ, ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਦੋਂ ਕੋਈ ਬੰਦਾ ਕਿਸੇ ਕੰਪਨੀ 'ਚ ਕੰਮ ਕਰਦਾ ਔਰ ਮੋਟੀ ਤਨਖਾਹ ਲੈਂਦਾ, ਸੈਲਰੀ ਲੈਂਦਾ, ਤਾਂ ਉਹਦਾ TDS ਕੱਟਿਆ ਜਾਂਦਾ, ਮਤਲਬ ਕਿ ਉਹਨੇ ਜੋ ਟੈਕਸ ਭਰਨਾ ਹੁੰਦਾ ਉਹਦੀ ਸੈਲਰੀ ਚੋਂ ਕੱਟ ਲਿਆ ਜਾਂਦਾ। ਤਾਂ ਬਹੁਤ ਸਾਰੀਆਂ ਕੰਪਨੀਆਂ ਨੇ ਕੀ ਕੀਤਾ ਕਿ ਆਪਣੇ ਕਰਮਚਾਰੀਆਂ ਦਾ TDS ਕੱਟ ਲਿਆ, ਔਰ ਉਹ ਜਿਹੜਾ TDS ਅੱਗੇ ਜਮ੍ਹਾਂ ਕਰਾਉਣਾ ਸੀ ਗੌਰਮੈਂਟ ਕੋਲੇ, ਉਹ ਨਹੀਂ ਕਰਵਾਇਆ। ਤਾਂ ਉਹ ਕੁੱਲ ਮਿਲਾ ਕੇ ਉਹ ਬਣ ਗਿਆ 3200 ਕਰੋੜ ਰੁਪਈਏ ਦਾ ਘੁਟਾਲਾ, ਔਰ ਇਹ ਸਿਰਫ ਤੇ ਸਿਰਫ 400 ਕੁ ਕੰਪਨੀਆਂ ਦਾ ਨਿਕਲਿਆ। ਹਾਲੇ ਹੋਰ ਜਿੰਨੀਆਂ ਕੰਪਨੀਆਂ ਫੋਲੀਆਂ ਜਾਣਗੀਆਂ, ਹੋ ਸਕਦਾ ਇਹ ਓਨਾ ਹੀ ਅੰਕੜਾ ਜਿਹੜਾ ਉਹ ਮੋਟਾ ਹੁੰਦਾ ਜਾਵੇ। ਬਹਰਹਾਲ 3200 ਕਰੋੜ ਰੁਪਈਏ ਦਾ ਦੱਸ ਦੇ ਕਿ ਆਮਦਨ ਵਿਭਾਗ ਨੇ ਇਹ ਸਾਰਾ ਕੁਛ ਆ ਜਿਹੜਾ ਉਹ ਫੜ ਲਿਆ। ਉਹ ਘੁਟਾਲੇ ਤੇ ਘੁਟਾਲਾ ਅੱਗੇ ਮੈਂ ਦੇਖੀ ਜਾਂਦਾ ਸੀ ਇੱਕ ਰਿਪੋਰਟ, ਇੱਕ ਬਹੁਤ ਵੱਡਾ ਹਿੰਦੀ ਦਾ ਨਿਊਜ਼ ਪੋਰਟਲ ਆ, ਉਹਦੇ ਤੇ ਚੱਲਦੀ ਪਈ ਆ। ਉਹਦੇ ਚ ਆ ਜਿਹੜਾ ਟੈਕਸ ਰਿਫੰਡ ਹੁੰਦਾ, ਇਨਕਮ ਟੈਕਸ ਦਾ ਹੀ ਉਹ ਵੀ ਘੁਟਾਲਾ, ਉਹਦੇ ਚ ਵੀ ਦੱਸਿਆ ਜਾ ਰਿਹਾ ਕਿ 10 ਅਰਬ ਦਾ ਘੁਟਾਲਾ 2-3 ਸ਼ਹਿਰਾਂ ਚ ਸਾਹਮਣੇ ਆ ਗਿਆ। 10 ਅਰਬ ਦਾ 2-3 ਸ਼ਹਿਰਾਂ ਦੇ ਵਿੱਚੋਂ ਆ ਜਿਹੜਾ ਟੈਕਸ ਰਿਵਾਈਜ਼ ਹੁੰਦਾ, ਸੋ ਟੈਕਸ ਰਿਫੰਡ ਦੇ ਨਾਂ ਤੇ 10 ਅਰਬ ਦਾ ਘੁਟਾਲਾ ਉਹ ਸਾਹਮਣੇ ਆ ਚੁੱਕਾ। ਉਹ ਕਹਿੰਦੇ ਜੇ ਪੂਰੇ ਇੰਡੀਆ ਦਾ ਚੱਕ ਲਿਆ ਤੇ ਇੱਥੇ ਵੀ ਬਹੁਤ ਵੱਡਾ ਸਕੈਮ ਬਣੇਗਾ। ਸੋ ਸਕੈਮ ਤੇ ਸਕੈਮ, ਔਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਸੀ ਕਿ ਨਾ ਖਾਊਂਗਾ ਨਾ ਖਾਣੇ ਦਊਗਾ। ਇਹ ਹੁਣ ਦੇਖ ਲਓ ਕਿ ਹਰੇਕ ਪਾਸੇ ਘੁਟਾਲਾ ਨਿਕਲਦਾ ਪਿਆ, ਔਰ ਇਹ ਘੁਟਾਲੇ ਚਾਂਦੀ ਨੇ, ਹਾਲੇ ਥੋੜੇ ਨਿਕਲਦੇ ਪਏ, ਜਿੰਨੇ ਦੱਬੇ ਪਏ ਆ, ਜਿੰਨੇ ਦਬਾਏ ਜਾ ਰਹੇ ਆ ਉਹ ਵੱਖਰੇ ਆ,
ਜਿੰਨੇ ਨਿਕਲ ਰਹੇ ਆ ਉਹ ਦੇਖ ਲਓ ਹੁਣ ਤੜਾ ਤੜ, ਕੋਈ ਬੈਂਕਿੰਗ ਸੈਕਟਰ ਚੋਂ ਨਿਕਲ ਰਿਹਾ, ਕੋਈ ਕੰਪਨੀਆਂ ਚੋਂ ਨਿਕਲ ਰਿਹਾ, ਕੋਈ ਸਿੰਜਾਈ ਘੁਟਾਲਾ ਸਾਹਮਣੇ ਆ ਰਿਹਾ, ਕੋਈ ਵਿਆਪਕ ਘੁਟਾਲਾ ਆ ਰਿਹਾ, ਕਿੰਨੇ ਘੁਟਾਲੇ ਸਾਹਮਣੇ ਆ ਰਹੇ ਆ। ਤਾਂ ਸਰਕਾਰ ਚੋਰਾਂ ਦੀ ਕਾਂਗਰਸ ਨੂੰ ਕਿਹਾ ਜਾਂਦਾ, ਪਰ ਹੁਣ ਇਹ ਜਿਹੜੇ ਘੁਟਾਲੇ ਆ ਇਹ ਇਹਨਾਂ ਦੇ ਜਿਹੜੇ ਕੰਮ ਕਰਨ ਦੇ ਰੰਗ ਢੰਗ ਉਹਨਾਂ ਤੇ ਸਵਾਲ ਤੇ ਖੜੇ ਕਰਦੇ ਆ। ਪਰ ਦੂਸਰੇ ਪਾਸੇ ਦੇਖੋ ਕਿ ਸਿਸਟਮ ਸਾਡਾ ਇੰਨਾ ਜ਼ਿਆਦਾ ਅੰਨਾ ਹੋ ਗਿਆ ਕਿ ਇੱਕ ਕੰਪਨੀ ਜਿਹਦੇ ਕਾਰਕੁਨ ਅਧਿਕਾਰੀ ਹੋਣ ਚਾਹੇ ਕਰਮਚਾਰੀ ਹੋਣ ਚਾਹੇ ਕਾਮੇ ਹੋਣ ਸਧਾਰਨ, ਉਹ ਦੇਖੋ ਬੈਕਬੋਨ ਹੁੰਦੇ ਆ। ਤਾਂ ਕੰਪਨੀਆਂ ਹੀ ਆਪਣੇ ਕਰਮਚਾਰੀਆਂ ਦੇ ਨਾਲ ਕਿਸ ਤਰ੍ਹਾਂ ਦਾ ਧਰੋਹ ਕਰ ਰਹੀਆਂ, ਸਰਕਾਰ ਦੇ ਨਾਲ ਤੇ ਠੱਗੀ ਮਾਰ ਹੀ ਰਹੀਆਂ, ਪਰ ਕਰਮਚਾਰੀਆਂ ਦੇ ਨਾਲ ਕਿਸ ਤਰ੍ਹਾਂ ਦਾ ਧਰੋਹ ਕੀਤਾ ਜਾ ਰਿਹਾ ਕਿ ਉਹਨਾਂ ਦਾ TDS ਕੱਟ ਕੇ ਅੱਗੇ ਨਹੀਂ ਦਿੱਤਾ ਜਾ ਰਿਹਾ ਗਵਰਨਮੈਂਟ ਨੂੰ, ਬਲਕਿ ਆਪਣੀਆਂ ਕੰਪਨੀਆਂ ਦੇ ਵਿੱਚ ਇਨਵੈਸਟ ਕਰ ਦਿੱਤਾ ਜਾਂਦਾ। ਜੀ ਜੀ ਜੀ, ਅਗਲੀ ਗੱਲ ਕਰਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਦੇ MP ਨੇ ਕਿਹਾ ਕਰਜ਼ਾ ਨੱਪ ਕੇ ਬੈਠੇ ਅਡਵਾਨੀ ਨੂੰ ਵੀ ਘੇਰੋ। ਅਡਵਾਨੀ ਦੀ ਹੋਣਾ ਇਹ ਅਡਾਨੀ ਹੋਣਾ ਮੇਰੇ ਖਿਆਲ ਦੇ ਨਾਲ, ਬਿਲਕੁਲ ਅਡਵਾਨੀ ਤੇ ਆਪ ਵਿਚਾਰਾ ਆਪਣਾ ਆਪ ਨੱਪ ਕੇ ਬੈਠਾ ਹੈ ਨਾ। ਸਹੀ ਗੱਲ ਹੈ ਜੀ ਜੀ, ਮਾਫੀ ਚਾਹੁੰਦਾ। ਇਹ ਅਡਾਨੀ ਆ ਨਾ ਜਿਹੜਾ, ਇਹ ਤੁਹਾਨੂੰ ਪਤਾ, ਕਿਉਂਕਿ ਮੈਂ ਸਮਝ ਗਿਆ ਸੀ ਜਦੋਂ ਤੁਸੀਂ ਅਡਵਾਨੀ ਕਿਹਾ ਨਾ, ਮੈਂ ਕਿਹਾ ਅਡਾਨੀ ਹੋਏਗਾ ਪੱਕਾ, ਅਡਾਨੀ ਦਾ ਅੜੰਗਾ ਜ਼ਿਆਦਾ ਰਹਿੰਦਾ। ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਮੈਂਬਰ ਪਾਰਲੀਮੈਂਟ ਆ ਸੁਬਰਾਮਨੀਮ ਸਵਾਮੀ, ਉਹ ਵੈਸੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵਾਹੀਆਤ ਵੀ ਬੋਲ ਜਾਂਦਾ, ਪਰ ਕਦੇ ਕਦੇ ਉਹ ਕੰਮ ਦੀ ਵੀ ਗੱਲ ਕਰ ਜਾਂਦਾ। ਹੁਣ ਸੁਬਰਾਮਨੀਅਮ ਸਵਾਮੀ ਨੇ ਜਿਹੜਾ ਅੱਜ ਸਵਾਲ ਚੁੱਕਿਆ, ਵੈਸੇ ਉਹ ਸਵਾਲ ਤਾਂ ਟੇਢੇ ਮੇਢੇ ਢੰਗ ਦੇ ਨਾਲ ਦੋ ਹੀ ਬੰਦਿਆਂ ਤੇ ਚੁੱਕਦਾ ਹੁੰਦਾ, ਇੱਕ ਅਰੁਣ ਜੇਤਲੀ ਤੇ ਔਰ ਦੂਸਰਾ ਨਰਿੰਦਰ ਮੋਦੀ ਤੇ, ਉਹਦਾ ਸਵਾਲ ਕਿਸੇ ਨਾ ਕਿਸੇ ਨਾਲ ਇਹਨਾਂ ਦੋਵਾਂ ਦੇ ਵਿੱਚੋਂ ਹੀ ਖੈਂਦਾ ਹੁੰਦਾ। ਤਾਂ ਹੁਣ ਉਹਨੇ ਜਿਹੜਾ ਸਵਾਲ ਚੁੱਕਿਆ ਟਵੀਟ ਕਰਕੇ, ਵੈਸੇ ਉਹਨੇ ਬਾਇਟ ਵੀ ਦੇ ਦਿੱਤੀ ਬਾਅਦ ਚ ਚੈਨਲਾਂ ਨੂੰ, ਉਹ ਕਹਿੰਦਾ ਕਿ ਦੇਖੋ ਜਿਹੜਾ ਸਭ ਤੋਂ ਵੱਡਾ ਨੋਨ ਪਰਫੋਰਮਿੰਗ ਐਸੈਟ ਆ, ਮਤਲਬ NPA ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਤੇ ਆਪਾਂ ਬਹੁਤ ਵਾਰੀ ਚਰਚਾ ਕਰ ਚੁੱਕੇ ਹਾਂ, ਗੈਰ ਪੈਦਾਵਾਰੀ ਖਾਤਾ ਜਿਹਨੂੰ ਕਹਿੰਦੇ ਆ, ਤਾਂ ਉਹ ਕਹਿੰਦੇ ਆ ਕਿ ਸਭ ਤੋਂ ਵੱਡਾ ਇਸ ਸਮੇਂ ਅਡਾਨੀ ਦਾ ਹੈ। ਤਾਂ ਇਹਦੇ ਕੋਲੋਂ ਵਸੂਲ ਕਰਨਾ ਚਾਹੀਦਾ ਕਰਜ਼ਾ, ਔਰ ਜੇ ਇਹ ਤੁਸੀਂ ਨਾ ਕੀਤਾ ਤੇ ਉਹ ਕਹਿੰਦਾ ਫਿਰ ਮਜਬੂਰ ਹੋ ਕੇ ਮੈਨੂੰ PIL ਦਾਖਲ ਕਰਨੀ ਪਊਗੀ ਸੁਪਰੀਮ ਕੋਰਟ ਚ, ਫਿਰ ਤੁਸੀਂ ਆਪਦਾ ਸਾਬ ਕਥਾ ਬੁਲਾ ਲਓ। ਤੇ ਉਹਨੇ ਫਿਰ ਕੈਮਰਿਆਂ ਦੇ ਸਾਹਮਣੇ ਆ ਕੇ ਵੀ ਗੱਲ ਕਹਿ ਦਿੱਤੀ, ਉਹ ਕਹਿੰਦੇ ਜੀ ਕਿ ਦੇਖੋ ਇਹਦੇ ਚ ਮਸਲਾ ਯਾਰੀ ਦੋਸਤੀ ਵਾਲਾ ਨੀ, ਹੁਣ ਦੇਖੋ ਯਾਰੀ ਦੋਸਤੀ ਵਾਲਾ ਕਿਹਦੇ ਲਾ ਗਿਆ, ਕਹਿੰਦੇ ਜੀ ਮਸਲਾ ਯਾਰੀ ਦੋਸਤੀ ਵਾਲਾ ਨੀ, ਮਸਲਾ ਕੋਈ ਹੋਰ ਨੀ ਹੈ, ਮਸਲਾ ਇਹ ਆ ਕਿ ਸਾਡੀ ਭ੍ਰਿਸ਼ਟਾਚਾਰੀ ਦੇ ਖਿਲਾਫ ਇੱਕ ਜੰਗ ਚੱਲਦੀ ਪਈ ਆ, ਤੇ ਜੇ ਅਸੀਂ ਭ੍ਰਿਸ਼ਟਾਖੋਰੀ ਦੇ ਖਿਲਾਫ ਜੰਗ ਜਿੱਤਣੀ ਹੈ ਤੇ ਫਿਰ ਇਹੋ ਜਿਹੇ ਫੈਸਲੇ ਤੇ ਲੈਣੇ ਚਾਹੀਦੇ ਆ ਨਾ ਸਾਨੂੰ। ਸੋ ਹੁਣ ਉਹਦਾ ਆਪਣੇ ਆਪ ਦੇ ਵਿੱਚ ਇਹ ਗੁੱਜਾ ਇਸ਼ਾਰਾ ਕਰ ਜਾਣਾ ਉਹ ਕਾਫੀ ਹੈ ਗੱਲ ਨੂੰ ਸਮਝਣ ਵਾਸਤੇ, ਪਰ ਜਿਹੜੀ ਚੀਜ਼ ਉਹਨੇ ਕਹੀ ਆ ਉਹ ਚੀਜ਼ ਉਹਦੀ ਵਾਜਬ ਆ। ਇਹੋ ਜਿਹੀਆਂ ਕਹਿੰਦਾ ਸੁਬਰਾਮਨੀਅਮ ਸਵਾਮੀ, ਅਸੀਂ ਉਹਦੇ ਨਾਲ ਚਾਹ ਕੇ ਵੀ ਮੁਤਫਿਕ ਨਹੀਂ ਹੋ ਸਕਦੇ, ਸਹਿਮਤ ਨਹੀਂ ਹੋ ਸਕਦੇ, ਪਰ ਆਹ ਜਿਹੜੀਆਂ ਚੀਜ਼ਾਂ ਬਿਲਕੁਲ ਉਹ ਸਹੀ ਕਹਿ ਰਿਹਾ, ਕਿਉਂਕਿ ਵਕੀਲ ਵੀ ਆ ਪੇਸ਼ੇ ਤੋਂ। ਹੁਣ ਦੇਖੋ ਜਿਹੜਾ ਅਡਾਨੀ ਆ, ਅਡਾਨੀ ਦੀ ਨੇੜਤਾ ਪ੍ਰਧਾਨ ਮੰਤਰੀ ਦੇ ਨਾਲ ਇੰਨੀ ਜ਼ਿਆਦਾ ਇੰਨੀ ਵਧੇਰੇ ਆ ਕਿ ਜਿਸ ਦਿਨ ਪ੍ਰਧਾਨ ਮੰਤਰੀ ਗੁਜਰਾਤ ਚੋਂ ਦਿੱਲੀ ਸਹੁੰ ਚੁੱਕਣ ਆਇਆ ਸੀਗਾ, ਤਾਂ ਉਸ ਦਿਨ ਜਿਹੜਾ ਜਹਾਜ਼ ਵਰਤਿਆ ਗਿਆ ਸੀ ਉਹ ਅਡਾਨੀ ਦਾ ਵਰਤਿਆ ਗਿਆ ਸੀ। ਸਹੁੰ ਚੁੱਕ ਸਮਾਗਮ ਚ ਪ੍ਰਧਾਨ ਮੰਤਰੀ ਅਡਾਨੀ ਵਾਲੇ ਜਹਾਜ਼ ਦੇ ਵਿੱਚ ਉੱਡ ਕੇ ਆਇਆ ਸੀਗਾ, ਉਡਣ ਘਟੋਲਾ ਉਹਦਾ ਹੀ। ਹੁਣ ਅਡਾਨੀ ਉਹ ਤੋਂ ਬਾਅਦ ਕਿਸ ਤਰ੍ਹਾਂ ਲਾਭ ਲੈਂਦਾ, 2014 ਦੇ ਵਿੱਚ ਹੀ ਇਹਨੂੰ ਜਿਹੜੀ ਆਸਟ੍ਰੇਲੀਆ ਦੇ ਵਿੱਚ ਖਾਣ ਮਿਲੀ ਹੈ, ਖਦਾਨ ਮਿਲੀ ਹੈ, ਤਾਂ ਉਹਦੇ ਲਈ SBI ਨੇ ਬਹੁਤ ਵੱਡਾ ਲੋਨ ਦਿੱਤਾ। ਅੱਜ ਤੱਕ ਦੇਸ਼ ਦੇ ਨਾਗਰਿਕਾਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਲੋਨ ਕਿੰਨਾ ਸੀਗਾ। RTI ਪਾਈਆਂ ਜਾ ਰਹੀਆਂ, ਉਹ ਜਵਾਬ ਨਹੀਂ ਦਿੰਦੇ, ਕਹਿੰਦੇ ਜੀ ਕਿ ਜਵਾਬ ਨਹੀਂ ਦੇ ਸਕਦੇ, ਮਾਫੀ ਚਾਹੁੰਦੇ ਹਾਂ। ਸੋ RTI ਰਾਹੀਂ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ 2014 ਚ ਅਡਾਨੀ ਨੂੰ ਆਸਟ੍ਰੇਲੀਆ ਚ ਕੰਮ ਕਰਨ ਲਈ ਕਿੰਨਾ ਲੋਨ ਦਿੱਤਾ ਗਿਆ ਸੀਗਾ। ਤਾਂ ਤੁਸੀਂ ਆਪ ਹੀ ਸਮਝ ਲਓ ਕਿ ਮਾਮਲਾ ਗੜਬੜ ਕਿੰਨਾ ਕੁ ਆ। ਹੁਣ ਦੇਖੋ ਉਹਦੇ ਵੱਲ ਜਿਹੜਾ ਕਰਜ਼ਾ ਬਣਦਾ, ਬਲੂਮਬਰਗ ਦਾ ਇੱਕ ਅੰਕੜਾ ਸੀਗਾ, ਫਿਕਰ ਸੀਗਾ, ਉਹ ਮੈਂ ਤੁਹਾਡੇ ਜ਼ਰੇ ਗੌਰ ਕਰਦਾ। ਵੈਸੇ ਸੁਬਰਾਮਨੀਅਮ ਸਵਾਮੀ ਨੇ ਨਹੀਂ ਦਿੱਤਾ, ਪਰ ਅਡਾਨੀ ਦਾ ਉਹ ਜਿਹੜਾ ਅੰਕੜਾ ਨਾ ਉਹ ਪ੍ਰਸਿੱਧ ਆ, ਮੇਰੇ ਕੋਲ ਨੋਟ ਸੀਗਾ ਉਹਦੇ ਚ ਦੇਖ ਲਓ। ਪਰ 2017 ਤੱਕ, ਮਤਲਬ ਕਿ ਪਿਛਲੇ ਸਾਲ ਦੇ 2017 ਦੇ ਸਤੰਬਰ ਤੱਕ, ਅਡਾਨੀ ਪਾਵਰ ਜਿਹੜੀ ਇਲੈਕਟ੍ਰਿਸਿਟੀ ਕਰਦੀ ਹੈ, ਨਿਰਮਾਣ ਕਰਦੀ ਹੈ, ਉਹਦੇ ਵੱਲ 47,609 ਕਰੋੜ ਰੁਪਏ ਦਾ ਕਰਜ਼ਾ ਖਲੋਤਾ। ਔਰ ਅੱਗੇ ਅਡਾਨੀ ਟਰਾਂਸਮਿਸ਼ਨ ਹੈ ਜਿਹੜੀ, ਤੁਹਾਨੂੰ ਪਤਾ ਹੀ ਹੈ ਕਿ ਬਿਜਲੀ ਇੱਕ ਪ੍ਰੋਡਕਸ਼ਨ ਹੁੰਦੀ ਹੈ,
ਦੂਸਰੀ ਉਹਨੂੰ ਜਿੱਦਾਂ ਅੱਗੇ ਸਪਲਾਈ ਕੀਤਾ ਜਾਂਦਾ। ਤਾਂ ਅਡਾਨੀ ਟਰਾਂਸਮਿਸ਼ਨ ਹੈ ਜਿਹੜੀ ਉਹ ਕਰਜਾਈ ਹੈਗੀ ਹੈ 8,856 ਕਰੋੜ ਰੁਪਈਏ ਦੀ। ਅਡਾਨੀ ਐਂਡ ਉਹ ਜਿਹੜਾ ਇੱਕ ਹੋਰ ਇਹਨਾਂ ਦਾ ਫਰਮ ਦਾ ਨਾਮ ਹੈ ਉਹਦੇ ਵਿੱਚ ਫਸਿਆ ਹੋਇਆ 22,424 ਕਰੋੜ ਰੁਪਈਆ। ਅਡਾਨੀ ਪੋਰਟਸ ਉਹਦੇ ਤੇ ਫਸਿਆ ਹੋਇਆ 20,791 ਕਰੋੜ। ਹੁਣ ਮੋਟਾ ਮੋਟਾ ਤੁਸੀਂ ਲਾ ਲਓ ਕਿ ਮੇਰੇ ਖਿਆਲ ਦੇ ਨਾਲ ਇਹ ਲਗਭਗ 1,00,000 ਕਰੋੜ ਰੁਪਈਆ ਬਣ ਜਾਂਦਾ, ਲਗਭਗ 1,00,000 ਕਰੋੜ ਰੁਪਈਆ। ਹੁਣ ਇਸ ਬੰਦੇ ਦੀ ਜੇ ਪ੍ਰੋਪਰਟੀ ਵੇਖਣੀ ਹੋਵੇ, ਇਹ ਤਾਂ ਹੈ ਨਾ ਕਿ ਇਸ ਬੰਦੇ ਤੇ ਕਰਜ਼ਾ ਕਿੰਨਾ ਚੜਿਆ। ਜੇ ਹੁਣ ਇਸ ਬੰਦੇ ਦੀ ਇਨਕਮ ਦੇਖਣੀ ਹੋਵੇ, ਇਸ ਬੰਦੇ ਦੀ ਪ੍ਰੋਪਰਟੀ ਦੇਖਣੀ ਹੋਵੇ, ਤਾਂ ਇਹ ਬੰਦਾ ਇਸ ਸਮੇਂ 2017 ਤੱਕ ਇਸ ਸਮੇਂ $11 ਅਰਬ ਦਾ ਮਾਲਕ ਆ, $11 ਅਰਬ ਦਾ। ਹੁਣ ਜਿਹੜੇ ਬੰਦੇ ਕੋਲ ਇੰਨੀ ਜ਼ਿਆਦਾ ਪ੍ਰੋਪਰਟੀ ਆ ਉਹ ਫਿਰ ਵੀ ਦੇਸ਼ ਦਾ ਕਰਜ਼ਾ ਨੱਪ ਕੇ ਬੈਠਾ, ਕਿਤੇ ਨਾ ਤੇ ਕਿਤੇ ਮਾਮਲਾ ਗੜਬੜ ਹੈ ਨਾ। ਸੋ ਸੁਬਰਾਮਨੀਮ ਸਵਾਮੀ ਨੇ ਸਵਾਲ ਠੀਕ ਚੁੱਕਿਆ, ਪਰ ਉਹਦੇ ਇਸ ਚੁੱਕੇ ਸਵਾਲ ਦੇ ਉੱਤੇ ਜਵਾਬ ਕੋਈ ਆਜੂਗਾ, ਇਸ ਸਵਾਲ ਦੇ ਉੱਤੇ ਕੋਈ ਕਾਰਵਾਈ ਹੋ ਜੂਗੀ, ਉਹਦੀ ਸੰਭਾਵਨਾ ਮਨਫੀ ਆ। ਕਿਉਂ? ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਸਿੱਧੇ ਤੌਰ ਤੇ ਅਡਾਨੀ ਦੇ ਨਾਲ ਦੋਸਤਾਨਾ ਸੰਬੰਧ ਰੱਖਦੇ ਆ। ਸੋ ਜਦੋਂ ਤੱਕ ਮੋਦੀ ਹੈ ਉਦੋਂ ਤੱਕ ਅਡਾਨੀ ਦੀ ਮੌਜ ਆ, ਇਹ ਗੱਲ ਤੈਅ ਆ। ਜੀ ਜੀ ਬਿਲਕੁਲ, ਦੇਖਦੇ ਹਾਂ ਕੁਛ ਹੁੰਦਾ ਕਿ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੈਪਟਨ ਨੇ ਮਾਰਿਆ ਕਹਿੰਦੇ ਆ ਹਵਾਈ ਫੈਰ, ਦੱਸਿਆ ਅਸਲੀ ਪੰਜਾਬ, ਫੇਰ ਕੀਤਾ ਉਹਨਾਂ ਨੇ ਹਵਾ ਦੇ ਵਿੱਚ। ਦੇਖੋ ਕੈਪਟਨ ਅਮਰਿੰਦਰ ਸਿੰਘ ਨਾ ਅੱਜ ਚੱਲਿਆ ਸੀ ਕਿਸੇ ਸਮਾਗਮ ਦੇ ਵਿੱਚ, ਜਾਣਾ ਸੀ ਇਹਨੇ ਕਿਸੇ ਸਮਾਗਮ ਦੇ ਵਿੱਚ, ਤੇ ਉੱਡਦੇ ਉੱਡਦੇ ਦੀ ਨਿਗਾਹ ਥੱਲੇ ਪੈ ਗਈ, ਤੇ ਥੱਲੇ ਉਹ ਜਿਵੇਂ ਡਬਈ ਵਾਲਿਆਂ ਨੇ ਸਮੁੰਦਰ ਚ ਨੀ ਨਕਸ਼ੇ ਬਣਾਏ ਇਮਾਰਤਾਂ ਦੇ, ਉਦਾਂ ਦਾ ਨਕਸ਼ਾ ਦਿਸਿਆ। ਤੇ ਇਹ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਭੁਲੇਖਾ ਖਾ ਗਿਆ ਹੋਣਾ ਕਿ ਮੈਂ ਦੁਬਈ ਤੇ ਨੀ ਪਹੁੰਚ ਗਿਆ 5-10 ਮਿੰਟਾਂ ਚ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਸਤਲੁਜ ਦੇ ਵਿੱਚ ਉਹਨਾਂ ਨੇ ਖੁਦਾਈ ਕਰਨ ਵਾਸਤੇ ਇਹ ਪੈੜਾਂ ਬਣਾਈਆਂ ਹੋਈਆਂ ਸੀਗੀਆਂ, ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਿਤੇ ਉਹ ਜ਼ਿਆਦਾ ਹੋ ਜਾਂਦਾ ਨਾ, ਪਾਣੀ ਖੜ ਜਾਂਦਾ, ਚਿੱਕੜ ਹੋ ਜਾਂਦਾ, ਤੇ ਵਿੱਚ ਮਿੱਟੀ ਪਾ ਕੇ ਬਣਾ ਲੈਂਦੇ ਆ, ਰਸਤਾ ਬਣਾ ਲੈਂਦੇ ਆ। ਏਦਾਂ ਉਹਨਾਂ ਨੇ ਉੱਥੇ ਪਹੀਆਂ ਬਣਾਈਆਂ ਹੋਈਆਂ ਸਨ ਵਿੱਚ ਸਤਲੁਜ ਦੇ, ਤੇ ਉਹ ਦੂਰੋਂ ਇਉਂ ਲੱਗਦਾ ਸੀਗਾ ਜਿਵੇਂ ਹੇਠਾਂ ਸਮੁੰਦਰ ਦੇ ਵਿੱਚ ਇਮਾਰਤਾਂ ਬਣੀਆਂ ਹੋਣ। ਤਾਂ ਇਹਨਾਂ ਨੇ ਫਿਰ ਉੱਤੋਂ ਹੀ ਉਹ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀਆਂ ਫੋਟੋਆਂ। ਉਸ ਤੋਂ ਬਾਅਦ ਹੁਕਮ ਹੋਏ, ਤੁਰੰਤ ਫੁਰੰਤ ਕਾਰਵਾਈ ਹੋਈ, 11 ਕਰਿੰਦੇ ਉੱਥੇ ਫੜੇ ਗਏ, ਕੁਛ ਮਸ਼ੀਨਰੀ ਸੀ ਜਿਹੜੀਆਂ ਮਸ਼ੀਨਾਂ ਲੱਗੀਆਂ ਸੀ, ਟਿੱਪਰ ਵਗੈਰਾ ਸੀ, ਉਹ ਫੜੀਆਂ ਗਈਆਂ, ਯਾਨੀ ਇਲੀਗਲ ਢੰਗ ਦੇ ਨਾਲ ਉੱਥੇ ਖੁਦਾਈ ਕੀਤੀ ਜਾ ਰਹੀ ਸੀਗੀ। ਤੇ ਇਹ ਕਿਸੇ ਸਮਾਗਮ ਚ ਚੱਲੇ ਸੀ, ਅੱਗੇ ਕਿਸੇ ਸਮਾਗਮ ਦੇ ਵਿੱਚ ਜਾਣਾ ਸੀਗਾ। ਤਾਂ ਰਸਤੇ ਦੇ ਵਿੱਚ ਇਹ ਜਿਹੜੀਆਂ ਮਸ਼ੀਨਾਂ ਲੱਗੀਆਂ ਵੇਖੀਆਂ, ਇਹ ਨਵਾਂਸ਼ਹਿਰ ਦੇ ਲਾਗੇ ਮਲਕਪੁਰ ਰੇਤ ਖੱਡ ਦੇ ਵਿੱਚ ਸੀ। ਤਾਂ ਉੱਥੇ ਬਹੁਤ ਵੱਡੇ ਪੱਧਰ ਤੇ ਰੇਤ ਕੱਢੀ ਜਾ ਰਹੀ ਸੀਗੀ। ਹੁਣ ਜੇ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਦਾ ਜਹਾਜ਼ ਉਸ ਖਦਾਨ ਦੇ ਉੱਤੋਂ ਜਾਂ ਉਸ ਨਜਾਇਜ਼ ਢੰਗ ਦੇ ਨਾਲ ਜਿੱਥੇ ਖੁਦਾਈ ਚੱਲਦੀ ਸੀ ਉੱਥੋਂ ਨਾ ਲੰਘਦਾ, ਤੇ ਫਿਰ ਕਿਹਨੇ ਰੋਕਣਾ ਸੀ? ਔਰ ਮੈਂ ਤੇ ਕਹੂੰਗਾ ਕਿ ਇਹੋ ਜਿਹਾ ਹੈਲੀਕਾਪਟਰ ਦਾ ਜਿਹੜਾ ਉਹਨਾਂ ਨੂੰ ਸਾਰੇ ਪੰਜਾਬ ਚ ਕੱਢ ਕੇ ਵੇਖ ਲੈਣਾ ਚਾਹੀਦਾ ਸੀ, ਖਾਸ ਤੌਰ ਤੇ ਆ ਜਿਹੜੇ 4-5 ਜ਼ਿਲ੍ਹੇ ਜਿੱਥੋਂ ਰੇਤ ਨਿਕਲਦੀ ਆ ਉੱਥੇ ਹਾਲ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਕਿ ਕਿਹੋ ਜਿਹਾ। ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਸੈਂਡ ਮਾਫੀਆ, ਲੈਂਡ ਮਾਫੀਆ ਐਂਡ ਐਰਾ ਵਗੈਰਾ ਸਾਰੇ ਇੱਥੋਂ ਕੱਢ ਦਿੱਤੇ ਆ, ਇਹ ਕਿੱਥੋਂ ਆ ਗਏ ਆ? ਦੂਜੀ ਚੀਜ਼ ਇਹ ਆ ਕਿ ਦੇਖੋ ਕਾਰਵਾਈ ਕਿੰਨਾ ਤੇ ਹੋ ਰਹੀ ਹੈ, ਜਿਹੜੇ ਉੱਥੇ ਮਜ਼ਦੂਰ ਸਨ ਜਾਂ ਜਿਹੜੇ ਉਹ ਕਰੇਨਾਂ ਵਗੈਰਾ ਨੂੰ ਚਲਾ ਰਹੇ ਸੀਗੇ ਉਹਨਾਂ ਨੂੰ ਫੜ ਕੇ ਇਹਨਾਂ ਨੇ ਥਾਣੇ ਬਿਠਾ ਲਿਆ, ਉਹ ਮਸ਼ੀਨਰੀ ਜ਼ਬਤ ਕਰ ਲਈ ਹੈ। ਠੀਕ ਹੈ, ਕਾਰਵਾਈ ਆਪਣੀ ਜਗ੍ਹਾ ਤੇ ਦਰੁਸਤ ਹੈ, ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਹੈ ਨਾ ਕਿ ਤੁਸੀਂ ਹਰੇਕ ਵਾਰੀ ਟਾਹਣੀਆਂ ਤੋੜ ਲੈਂਦੇ ਜੇ, ਰੁੱਖ ਛਾਂਗ ਲੈਂਦੇ ਜੇ, ਜੜ ਤੱਕ ਕਦੇ ਜਾਂਦੇ ਨੀ? ਜੜ ਤੋਂ ਤੁਹਾਨੂੰ ਡਰ ਲੱਗਦਾ? ਗੁੰਡਾ ਟੈਕਸ ਵਾਲਾ ਮਾਜਰਾ ਵੀ ਇਹੋ ਜਿਹਾ ਹੈ ਨਾ। ਅੱਜ ਤੁਸੀਂ ਉਹ ਖਬਰ ਸੁਣੀ ਹੋਣੀ ਹੈ ਕਿ ਇੱਕ ਠੇਕੇਦਾਰ ਤੇ ਮਾਮਲਾ ਦਰਜ ਹੋ ਗਿਆ, ਪਰ ਸਿੱਧੇ ਤੌਰ ਤੇ ਜਿਹੜਾ ਠੇਕੇਦਾਰ ਇੱਕ ਵਿਧਾਇਕ ਦੇ ਸਿਰ ਤੇ ਬੁਲਕਦਾ ਸੀਗਾ, ਉਸ ਠੇਕੇਦਾਰ ਤੇ ਤਾਂ ਪਰਚਾ ਦਰਜ ਹੋ ਗਿਆ, ਵਿਧਾਇਕ ਨੂੰ ਕਿਸੇ ਨੇ ਨੀ ਪੁੱਛਿਆ ਕਿ ਕੰਮ ਰਲ ਮਿਲ ਕੇ ਤੇ ਨਹੀਂ ਸੀ ਚੱਲਦਾ। ਹੁਣ ਇਹੀ ਆ ਕਿ ਇਹ ਜਿਹੜੀ ਮਸ਼ੀਨਰੀ ਸੀ ਉਹਨਾਂ ਕਰਿੰਦਿਆਂ ਦੀ ਤਾਂ ਹੋ ਨਹੀਂ ਸਕਦੀ ਜਿਹੜੇ 300-300 ਰੁਪਈਆ ਦਿਹਾੜੀ ਲੈਂਦੇ ਆ, ਜਿਹੜੇ 400-400 ਰੁਪਈਆ ਦਿਹਾੜੀ ਤੇ ਉਹ ਮਸ਼ੀਨਾਂ ਚਲਾਉਂਦੇ ਆ, ਇਹ ਮਸ਼ੀਨਰੀ ਕਿਹਦੀ ਸੀ ਇਹ ਪਤਾ ਕਰਨਾ ਚਾਹੀਦਾ। ਹੁਣ ਅਕਾਲੀ ਤੇ ਉੱਥੇ ਏਡੀ ਖੁਦਾਈ ਕਰ ਨਹੀਂ ਸਕਦੇ ਏਡੇ ਵੱਡੇ ਪੱਧਰ ਤੇ, ਤੇ ਜੇ ਅਕਾਲੀ ਇਹਨਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਖੁਦਾਈ ਕਰੀ ਜਾਂਦੇ ਸੀ ਖੁੱਲੇ ਰੂਪ ਦੇ ਵਿੱਚ, ਤੇ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹੀ ਸਰਕਾਰ ਚਲਾਉਣ ਲੱਗਿਆ। ਤੇ ਵਿਰੋਧੀ ਧਿਰ ਦੇ ਲੋਕ ਵੀ ਤੁਹਾਡੇ ਤੋਂ ਨਹੀਂ ਡਰਦੇ, ਉਹ ਵੀ ਖੁਦਾਈ ਕਰੀ ਜਾਂਦੇ ਆ। ਤੇ ਜੇ ਉਹ ਨਹੀਂ ਹੈ, ਵਿਰੋਧੀ ਧਿਰ ਵਾਲੇ ਨਹੀਂ ਹੈ ਜਿਹਨਾਂ ਨੂੰ ਅਕਸਰ ਭੰਡਿਆ ਕਰਦੇ ਸੀ, ਜੇ ਉਹ ਨਹੀਂ ਤਾਂ ਫਿਰ
ਪੱਕੀ ਗੱਲ ਆ ਕਿ ਫਿਰ ਇਹਨਾਂ ਦੇ ਆਪਣੇ ਬੰਦੇ ਆ, ਕਿਉਂਕਿ ਪਾਵਰ ਤੋਂ ਬਗੈਰ, ਸੱਤਾ ਤੋਂ ਬਗੈਰ ਤੇ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਜਾ ਕੇ ਉੱਥੇ ਖੁਦਾਈ ਨਹੀਂ ਨਾ ਕਰ ਸਕਦਾ ਖੁੱਲੇ ਰੂਪ ਦੇ ਵਿੱਚ। ਤੇ ਜੇ ਇਹਨਾਂ ਦੇ ਬੰਦੇ ਆ ਪਿੱਛੇ ਪਰਦੇ ਦੇ ਇਹਨਾਂ ਦੇ ਵੱਡੇ ਲੋਕ ਬੈਠੇ ਆ, ਤੇ ਫਿਰ ਉਤੋਂ ਵੀ ਸ਼ਰਮ ਵਾਲੀ ਗੱਲ ਆ ਕਿ ਇਹ ਤੇ ਕਹਿੰਦੇ ਸਨ ਕਿ ਅਸੀਂ ਪੰਜਾਬ ਨੂੰ ਬਚਾਉਣ ਆਏ ਆ, ਇਹ ਪੰਜਾਬ ਨੂੰ ਬਚਾਉਣ ਆਇਆ ਕਿ ਜਿਹੜਾ ਰਹਿੰਦਾ ਖੁੰਦਾ ਉਹਨੂੰ ਵੀ ਗੁੱਠੇ ਲਾਉਣ ਆਏ ਆ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਸ ਸਾਰੀ ਇਲੀਗਲ ਖੁਦਾਈ ਦੇ ਮਗਰ ਬੰਦੇ ਕੌਣ ਸਨ, ਵੱਡੇ ਬੰਦੇ ਕੌਣ ਸਨ, ਵੱਡੇ ਮਗਰਮੱਛ ਕਿਹੜੇ ਸੀਗੇ ਮਲਾਈ ਖਾਣ ਵਾਲੇ। ਸੋ ਪਰ ਮੈਨੂੰ ਲੱਗਦਾ ਕਿ ਇੱਥੋਂ ਤੱਕ ਹੀ ਕਾਰਵਾਈ ਜਿਹੜੀ ਆ ਉਹ ਖਤਮ ਹੋ ਜਾਣੀ। ਔਰ ਦੂਜੀ ਚੀਜ਼ ਜਿਹੜੀ ਮੈਂ ਜਾਂਦਾ ਜਾਂਦਾ ਕਹੂੰਗਾ, ਤੁਹਾਨੂੰ ਯਾਦ ਹੋਣਾ ਇਹਨਾਂ ਨੇ ਥੋੜੇ ਦਿਨ ਪਹਿਲਾਂ ਆਖਿਆ ਸੀਗਾ ਕਿ ਜਿਸ ਇਲਾਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਸ਼ਿਕਾਇਤ ਆਈ, ਕੋਈ ਇਲੀਗਲ ਮਾਈਨਿੰਗ ਹੁੰਦੀ ਅਸੀਂ ਦੇਖ ਲਈ ਤੇ ਉੱਥੋਂ ਦਾ ਜਿਹੜਾ SSP ਆ ਉਹਦੇ ਤੇ ਐਕਸ਼ਨ ਹੋਊਗਾ। ਤੇ ਅੱਜ ਚੌਥਾ ਦਿਨ ਪਿਆ ਨਵੇਂ ਸ਼ਹਿਰ ਦੇ ਵਿੱਚ ਇਹ ਇਸ ਤਰ੍ਹਾਂ ਦੀ ਨੌਬਤ ਆ ਗਈ ਆ। ਹੁਣ SSP ਨੂੰ ਤਾਂ ਕੁਛ ਵੀ ਨਹੀਂ ਕਿਹਾ ਇਹਨਾਂ ਨੇ, ਇਹਦਾ ਮਤਲਬ ਆ ਕਿ ਇਹ ਜਿਹੜੀ ਗੱਲਾਂ ਬਾਤਾਂ ਕਰਨ ਵਾਲੀ ਇਹਨਾਂ ਦੀ ਹੈਗੀ ਆ ਨਾ, ਇਹਨਾਂ ਦੀ ਸਿਆਸਤ ਆ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਆ। ਕਿਉਂਕਿ ਜੇ ਕੋਈ ਲਿਖਤੀ ਆਰਡਰ ਕੀਤੇ ਹੁੰਦੇ ਇਹਨਾਂ ਨੇ ਤੇ ਫਿਰ ਅੱਜ ਕਾਰਵਾਈ ਹੁੰਦੀ। ਇਹਦਾ ਮਤਲਬ ਇਹ ਆ ਕਿ ਲੋਕਾਂ ਨੂੰ ਬੁੱਧੂ ਬਣਾਉਣ ਲਈ ਐਵੇਂ ਪ੍ਰੈਸ ਦੇ ਵਿੱਚ ਦੇ ਦਿੰਦੇ ਆ ਕਿ ਜੀ ਅਸੀਂ ਹੁਣ ਜੇ ਕੋਈ ਸ਼ਿਕਾਇਤ ਆਈ ਤੇ ਫਲਾਣੇ ਫਲਾਣੇ ਅਫਸਰ ਤੇ ਸ਼ਿਕਾਇਤ ਕਰਾਂਗੇ। ਅਸਲ ਦੇ ਵਿੱਚ ਉਹ ਵਰਬਲੀ ਹੁੰਦਾ, ਕਾਗਜ਼ੀ ਪੱਤਰੀ ਕੱਖ ਵੀ ਨਹੀਂ ਹੈ। ਸੋ ਦੂਜੀ ਚੀਜ਼ ਜਿਹੜੀ ਦੇਖਣ ਵਾਲੀ ਆ ਕਿ ਇਹ ਜਿਹੜੀਆਂ ਖੱਡਾਂ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੀਆਂ, ਇਹਨਾਂ ਖੱਡਾਂ ਦੇ ਵਿੱਚੋਂ ਹੀ ਇੱਕ ਰੌਲਾ ਜਿਹੜਾ ਸੀਗਾ ਉਹ ਇਹਨਾਂ ਦੇ ਇੱਕ ਬੀਬੇ ਰਾਣੇ ਦਾ ਪੈਂਦਾ ਸੀਗਾ। ਇਹ ਵੀ ਦੇਖਣ ਦੀ ਜ਼ਰੂਰਤ ਆ ਕਿ ਉਹ ਤਾਰ ਤੇ ਨਹੀਂ ਕੋਈ ਜੁੜਦੀ, ਪਰ ਜਿਹਦੇ ਨਾਲ ਮਰਜ਼ੀ ਜੁੜਦੀ ਹੋਵੇ ਤਾਰ, ਨਖੇੜ ਕੇ ਤਾਰ ਇਹਦੇ ਫਿਊਜ ਉਡਾਉਣ ਦੀ ਜ਼ਰੂਰਤ ਆ। ਸੋ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਕੀਤਾ, ਐਕਸ਼ਨ ਕੁਇਕਲੀ ਕੀਤਾ, ਬਹੁਤ ਵਧੀਆ ਕੀਤਾ, ਪਰ ਜੇ ਇਹ ਐਕਸ਼ਨ ਅੱਗੇ ਤੱਕ ਜਾਊਗਾ, ਜਿਹੜੇ ਲੋਕ ਇਸ ਖੇਡ ਦੇ ਮੇਨ ਪਲੇਅਰ ਹੈ ਜੇ ਉਹਨਾਂ ਤੱਕ ਐਕਸ਼ਨ ਜਾਊਗਾ ਤੇ ਫਿਰ ਅਸੀਂ ਕਹਾਂਗੇ ਕਿ ਇਹ ਸੰਪੂਰਨ ਐਕਸ਼ਨ ਸੀ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਕਿ ਸਰਵ ਕਲਾ ਸੰਪੰਨ। ਸੋ ਫਿਰ ਕਹਾਂਗੇ ਕਿ ਸਰਵ ਕਲਾ ਸੰਪੰਨ ਐਕਸ਼ਨ ਹੋਇਆ। ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਲਾਪਤਾ ਹੋਏ ਪ੍ਰਵਾਸੀ ਪੰਜਾਬੀ ਦਾ ਮਾਮਲਾ ਹਾਈਕੋਰਟ ਦੇ ਵਿੱਚ ਪਹੁੰਚਿਆ। ਦੇਖੋ ਇਹ ਜਿਹੜਾ ਲਾਪਤਾ ਹੋਇਆ ਸੀਗਾ ਪ੍ਰਵਾਸੀ, ਇਹ ਮੁੰਡਾ ਜਿਹੜਾ ਸੀਗਾ ਇਹ ਗਿਆ ਸੀ ਦੱਸਦੇ ਆ ਕਿ ਸਿੰਗਾਪੁਰ ਜੀ, ਉੱਥੋਂ ਲਾਪਤਾ ਹੋ ਗਿਆ। ਇਹਨਾਂ ਦੇ ਪਰਿਵਾਰ ਵਾਲੇ ਕਹਿੰਦੇ ਆ ਕਿ 2011 ਦੇ ਵਿੱਚ ਸਾਨੂੰ ਇੱਕ ਕਾਲ ਆਈ ਆ, ਅਣਜਾਣ ਕਾਲ ਸੀਗੀ, ਉਹਨਾਂ ਨੇ ਦੱਸਿਆ ਕਿ ਮੁੰਡਾ ਤੁਹਾਡਾ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਆ। ਬਾਅਦ ਦੇ ਵਿੱਚ ਕਹਿੰਦੇ ਆ ਕਿ ਅਸੀਂ ਬਹੁਤ ਪਤਾ ਕੀਤਾ, ਧੱਕੇ ਖਾਧੇ, ਮੁੰਡਾ ਸਾਡਾ ਨਹੀਂ ਮਿਲਿਆ। ਫਿਰ ਮਾਂ ਬਾਪ ਨੇ ਪੁਲਿਸ ਕੋਲ ਅਪਰੋਚ ਕੀਤਾ, ਪੁਲਿਸ ਨੇ ਦੱਸਦੇ ਆ ਗੱਲ ਨਹੀਂ ਸੁਣੀ। ਫਿਰ ਉਹ ਮਾਪੇ ਜਿਹੜੇ ਸੀਗੇ ਉਹ ਹਾਈਕੋਰਟ ਦੀ ਸ਼ਰਨ ਦੇ ਵਿੱਚ ਗਏ। ਹਾਈਕੋਰਟ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਪਈ ਸੀ ਤਾਂ ਉੱਥੇ ਇੱਕ ਦਿਲਚਸਪ ਤੱਥ ਨਿਕਲ ਕੇ ਆਇਆ, ਉਹਦੇ ਘਰਦਿਆਂ ਨੇ ਇਹ ਤੱਥ ਜਿਹੜਾ ਸੀਗਾ ਉਹ ਅਦਾਲਤ ਦੇ ਸਨਮੁਖ ਰੱਖਿਆ ਕਿ ਇਸ ਮੁੰਡੇ ਦੇ ਕੋਲ 3 ਪਾਸਪੋਰਟ ਸਨ। ਪਹਿਲਾ ਪਾਸਪੋਰਟ ਉਹਨੇ 2006 ਚ ਬਣਾਇਆ ਸੀ ਜਗਬੀਰ ਸੰਧੂ ਦੇ ਨਾਂ ਤੇ, ਫਿਰ ਉਹ ਤੋਂ ਪਹਿਲਾਂ ਜਿਹੜਾ ਪਾਸਪੋਰਟ ਬਣਿਆ ਸੀ ਉਹ ਗਜਬੀਰ ਸੰਧੂ ਦੇ ਨਾਮ ਤੇ ਬਣਿਆ ਸੀ, ਤੇ ਉਹ ਤੋਂ ਵੀ ਪਹਿਲਾਂ ਇੱਕ ਸ਼ਾਇਦ ਪਾਸਪੋਰਟ ਸੀਗਾ ਜਿਹੜਾ ਉਹ 2001 ਚ ਰੁਪਿੰਦਰ ਸਿੰਘ ਰਾਣਾ ਦੇ ਨਾਂ ਤੇ ਬਣ ਚੁੱਕਾ ਸੀਗਾ। ਸੋ ਮਤਲਬ ਕਿ ਇਹ 3 ਪਾਸਪੋਰਟ ਸੀਗੇ 2006 ਚ, 5 ਚ, 2001 ਦੇ ਵਿੱਚ, ਤਿੰਨੇ ਵੱਖੋ ਵੱਖਰੇ ਨਾਮ ਸੀਗੇ ਪਰ ਤਿੰਨਾਂ ਦੇ ਉੱਤੇ ਪਿਤਾ ਦਾ ਨਾਮ ਇੱਕੋ ਹੀ ਸੀਗਾ, 2 ਮੋਹਾਲੀ ਦੇ ਪਤੇ ਤੇ ਸੀਗੇ, 1 ਫਿਰੋਜ਼ਪੁਰ ਦੇ ਪਤੇ ਦਾ ਸੀਗਾ। ਤਾਂ ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਆ ਕਿ ਸਾਡੀ ਜਿਹੜੀ ਬਹੂ ਆ ਯਾਨੀ ਇਹਨਾਂ ਦੀ ਨੂੰਹ ਆ ਜਿਹੜੀ ਉਹ ਕਹਿੰਦੇ ਕਿ ਕੈਨੇਡਾ ਚ ਰਹਿੰਦੀ ਆ, ਕਿਤੇ ਨਾ ਕਿਤੇ ਉਹਦਾ ਹੱਥ ਆ ਇਹਨੂੰ ਲਾਪਤਾ ਕਰਨ ਦੇ ਵਿੱਚ। ਪੁਲਿਸ ਨੂੰ ਸੱਦਿਆ ਗਿਆ, ਹੁਣ ਪੁਲਿਸ ਨੂੰ ਪੁੱਛਿਆ ਗਿਆ ਕਿ ਮਾਜ਼ਰਾ ਕੀ ਆ। ਪੁਲਿਸ ਨੇ ਆਖਿਆ ਕਿ ਦੇਖੋ ਇਸ ਨਾਂ ਦਾ ਬੰਦਾ 2009 ਚ ਤਾਈਵਾਨ ਤੋਂ ਵਰਤਿਆ ਸੀਗਾ ਇਹਨਾਂ ਤਿੰਨਾਂ ਨਾਂ ਵਾਲਾ ਜਿਹੜੇ ਪਾਸਪੋਰਟ, ਤਾਂ ਅਸੀਂ ਸਾਰੀ ਇਨਕੁਆਇਰੀ ਕੀਤੀ ਆ ਕਿ ਇਹ 2009 ਚ ਤਾਈਵਾਨ ਤੋਂ ਵਰਤਿਆ ਸੀ, ਉਸ ਤੋਂ ਬਾਅਦ ਇਹ ਵਾਪਸ ਨਹੀਂ ਗਿਆ, ਯਾਨੀ ਇੰਡੀਆ ਚ ਹੀ ਹੈ। ਹੁਣ ਦੂਸਰੀਆਂ ਸਟੇਟਾਂ ਚੋਂ ਕਹਿੰਦੇ ਅਸੀਂ ਪੁੱਛਦੇ ਪਏ ਹਾਂ, ਪਤਾ ਕਰਦੇ ਪਏ ਹਾਂ, ਪਰ ਮਾਮਲਾ ਗੁੰਝਲਦਾ ਰਿਹਾ ਪਿਆ। ਚੀਜ਼ਾਂ ਵੈਸੇ ਜਿਹੜੀ ਕੈਨੇਡਾ ਚ ਇਸ ਪਰਿਵਾਰ ਦੀ ਨੂੰਹ ਰਹਿੰਦੀ ਆ ਉਹਦੇ ਤੇ ਮਾਮਲਾ ਦਰਜ ਕਰ ਲਿਆ ਗਿਆ। ਹੁਣ ਹਾਈਕੋਰਟ ਨੇ 2 ਹੁਕਮ ਦਿੱਤੇ ਆ, ਪਹਿਲਾਂ ਤੇ ਇਹ ਆਖਿਆ ਕਿ ਪਤਾ ਕਰੋ, ਸਿਕਿਉਰਿਟੀ ਏਜੰਸੀਆਂ ਇਸ ਗੱਲ ਦਾ ਜਵਾਬ ਦੇਣ ਪਤਾ ਕਰਕੇ ਕਿ ਇੱਕ ਬੰਦੇ ਕੋਲ 3 ਪਾਸਪੋਰਟ ਕਿੱਦਾਂ ਚਲੇ ਗਏ, 3 ਪਾਸਪੋਰਟ ਕਿਵੇਂ ਉਹ ਇੱਕ ਬੰਦਾ ਲੈ ਗਿਆ। ਦੂਜੀ ਚੀਜ਼ ਹਾਈਕੋਰਟ ਨੇ ਇਹਨਾਂ ਨੂੰ ਇਹ ਕਰਨ ਦੇ ਹੁਕਮ ਦਿੱਤੇ ਆ ਕਿ ਤੁਸੀਂ ਫੌਰੀ ਤੌਰ ਤੇ ਇੰਟਰਪੋਲ ਦੀ ਇਮਦਾਦ ਲਵੋ, ਜੇ ਉਹ ਮੁੰਡਾ
ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਹੈ ਜਾਂ ਕਿਸੇ ਹੋਰ ਦੇਸ਼ ਦੀ ਜੇਲ੍ਹ ਦੇ ਵਿੱਚ ਤੁਹਾਨੂੰ ਲੱਗਦਾ ਤਾਂ ਇੰਟਰਪੋਲ ਦੀ ਇਮਦਾਦ ਦੇ ਨਾਲ ਪਤਾ ਕਰੋ ਕਿ ਆਖਰ ਉਹ ਹੈ ਕਿੱਥੇ, ਐਗਜੈਕਟ ਲੋਕੇਸ਼ਨ ਉਹਦੀ ਕਿਹੜੀ ਹੈ, ਤੁਸੀਂ ਪਤਾ ਕਰਕੇ ਦੱਸੋ, ਇੰਟਰਪੋਲ ਦੀ ਇਮਦਾਦ ਲਵੋ। ਪਰ ਦਿਲਚਸਪ ਮਾਮਲਾ ਇਹ ਹੈ ਕਿ ਪਾਸਪੋਰਟ ਜਿਹੜੇ ਤਿੰਨ ਇੱਕੋ ਬੰਦਾ ਲੈ ਗਿਆ ਸੀ ਉਹ ਕਿੱਦਾਂ ਲੈ ਗਿਆ, ਇਹਦਾ ਹੁਣ ਜਵਾਬ ਹੈ ਜਿਹੜਾ ਉਹ ਸਿਕਿਉਰਿਟੀ ਏਜੰਸੀਆਂ ਨੂੰ ਉੱਥੇ ਦੇਣਾ ਪਊਗਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਹਿੰਦੂ ਆਗੂ ਦਾ ਕਾਤਲ ਸਰਜ ਆਖਰ ਕਹਿੰਦਾ ਪੁਲਿਸ ਦੇ ਧੱਕੇ ਚੜਿਆ। ਦੇਖੋ ਇਹ ਉਹ ਕਤਲ ਹੋਇਆ ਸੀਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਜਿਹਦੀ ਵੀਡੀਓ ਬੜੀ ਵਾਇਰਲ ਹੋਈ ਸੀਗੀ, ਮੁੰਡਿਆਂ ਨੇ ਆਕੇ ਮਾਰਿਆ ਸੀਗਾ, ਬਾਈਕ ਤੇ ਖੜੇ ਸੀ, ਅਚਾਨਕ ਹਮਲਾ ਹੁੰਦਾ ਔਰ ਗੋਲੀਆਂ ਮਾਰ ਕੇ ਭੱਜ ਜਾਂਦੇ ਆ, ਇਹ ਉਹ ਕਤਲ ਦਾ ਮਾਮਲਾ। ਔਰ ਕਮਾਲ ਦੀ ਗੱਲ ਹੈ ਕਿ ਇਹ ਵੀ ਕਤਲ ਪੰਜਾਬ ਪੁਲਿਸ ਨੇ ਜੋੜ ਦਿੱਤਾ ਸੀ ਖਾਲਿਸਤਾਨੀ ਖਾਤਿਆਂ ਚ। ਬਾਅਦ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇੱਥੇ ਆਪੋ ਵਿੱਚ ਦੀ ਇਹਨਾਂ ਦੀ ਦੁਸ਼ਮਣੀ ਸੀਗੀ। ਔਰ ਦੁਸ਼ਮਣੀ ਕੀ ਸੀਗੀ ਕਿ ਇੱਥੋਂ ਦਾ ਇੱਕ ਗੈਂਗਸਟਰ ਆ ਸ਼ੁਭਮ, ਉਹਦਾ ਨਾਮ ਆ, ਸ਼ੁਭਮ ਦੇ ਪਿਤਾ ਨੂੰ ਮਾਰਿਆ ਸੀਗਾ, ਉਹਦਾ ਕਤਲ ਕੀਤਾ ਗਿਆ ਸੀਗਾ। ਤਾਂ ਉਹਨਾਂ ਦੀ ਦੁਸ਼ਮਣੀ ਪਹਿਲਾਂ ਚੱਲਦੀ ਸੀਗੀ, ਹੋਇਆ ਕੀ ਸੀਗਾ ਕਿ ਇੱਕ ਹੋਰ ਮੁੰਡਾ ਸੀ ਜਿਹਦੇ ਨਾਲ ਸ਼ੁਭਮ ਦੀ ਲਾਗਡਾਟ ਸੀ, ਉਹਦੇ ਪਿਓ ਨੂੰ ਪਹਿਲਾਂ ਸ਼ੁਭਮ ਨੇ ਮਾਰਿਆ ਸੀਗਾ। ਔਰ ਸ਼ੁਭਮ ਨੇ ਜਦੋਂ ਮਾਰਿਆ ਸੀ, ਕਤਲ ਕੀਤਾ ਸੀ, ਉਸ ਕੇਸ ਦੇ ਵਿੱਚ ਉਹਦੇ ਭਰਾ ਨੂੰ ਵੀ ਨਾਲ ਰੱਖ ਦਿੱਤਾ ਗਿਆ ਸੀਗਾ। ਤਾਂ ਉਸ ਬੰਦੇ ਨੂੰ ਇਹ ਲੱਗਦਾ ਸੀਗਾ ਕਿ ਇਹ ਜਿਹੜਾ ਮਰਨ ਵਾਲਾ ਹਿੰਦੂ ਸੰਘਰਸ਼ ਸੈਨਾ ਦਾ ਜਿਹੜਾ ਲੀਡਰ ਹੈ ਵਿਪਨ ਕੁਮਾਰ ਸ਼ਰਮਾ, ਇਹਨੇ ਹੀ ਮੇਰੇ ਭਰਾ ਨੂੰ ਇਸ ਕੇਸ ਦੇ ਵਿੱਚ ਉਲਝਾਇਆ। ਤਾਂ ਬਾਅਦ ਦੇ ਵਿੱਚ ਜਦੋਂ ਸ਼ੁਭਮ ਅੰਦਰ ਸੀਗਾ ਤਾਂ ਉਹਦੇ ਪਿਤਾ ਦਾ ਮਰਡਰ ਦੂਸਰੀ ਧਿਰ ਵੱਲੋਂ ਕਰ ਦਿੱਤਾ ਗਿਆ। ਸੋ ਬਾਅਦ ਦੇ ਵਿੱਚ ਇਹਨਾਂ ਨੇ ਇਸੇ ਰਾਜਘਾਟ ਦੇ ਚੱਲਦਿਆਂ ਇਸ ਬੰਦੇ ਦਾ ਕਤਲ ਕੀਤਾ ਸੀਗਾ। ਤਾਂ ਇਹ ਕਿਹਾ ਗਿਆ ਜੀ ਕਿ ਫਲਾਣਿਆਂ ਨੇ ਕੀਤਾ, ਧਮਕਾਣਿਆਂ ਨੇ ਕੀਤਾ, ਪਰ ਅਸਲ ਦੇ ਵਿੱਚ ਕਹਾਣੀਵਾਦ ਦੇ ਵਿੱਚ ਇਹੋ ਹੀ ਨਿਕਲੀ ਸੀਗੀ ਕਿ ਇਹ ਆਪਸ ਦੇ ਵਿੱਚ ਇਹਨਾਂ ਦੀ ਰੰਜਾਈ ਸੀਗੀ। ਆਪਾਂ ਉਦਾਂ ਕਹਿ ਦਿੰਦੇ ਹਾਂ ਕਿ ਫਲਾਣਾ ਮੈਂ ਕਿਹੜਾ ਤੇਰਾ ਪਿਓ ਮਾਰਿਆ, ਅਸਲ ਦੇ ਵਿੱਚ ਇਹ ਲਾਗਡਾਟ ਇਹ ਸੀਗੀ ਕਿ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਬਾਪ ਮਾਰੇ ਸਨ। ਹੁਣ ਇਸ ਮਾਮਲੇ ਦੇ ਵਿੱਚ ਪਹਿਲਾਂ ਗ੍ਰਿਫਤਾਰੀਆਂ ਹੋ ਚੁੱਕੀਆਂ ਕੁਛ। ਇਹ ਮੁੰਡਾ ਜਿਹੜਾ ਸਾਰਜ ਸੀਗਾ, ਇਹ ਫਰਾਰ ਚੱਲਦਾ ਸੀ, ਵੈਸੇ ਬੇਸਿਕਲੀ ਇਹ ਤਰਨ ਤਾਰਨ ਜ਼ਿਲ੍ਹੇ ਦਾ ਮੇਰੇ ਖਿਆਲ ਦੇ ਨਾਲ ਰਹਿੰਦਾ ਅੰਮ੍ਰਿਤਸਰ ਆ। ਇਹ ਫਰਾਰ ਚੱਲਦਾ ਪਿਆ ਸੀ, ਇਹਦੀ ਮਾਤਾ ਨੂੰ ਵੀ ਫੜ ਲਿਆ ਗਿਆ ਸੀ, ਉੱਥੇ ਵੀ ਕੇਸ ਪਾ ਦਿੱਤਾ ਗਿਆ ਸੀਗਾ। ਕਾਫੀ ਏਜੰਸੀਆਂ ਦੇ ਮਗਰ ਲੱਗੀਆਂ ਪਈਆਂ ਸੀਗੀਆਂ, ਬੰਦਾ ਹੱਥ ਨਹੀਂ ਸੀ ਆਉਂਦਾ। ਅੱਜ ਇਹਨੂੰ ਦੱਸਦੇ ਆ ਕਿ ਜਲੰਧਰਪੁਰ ਦੇ ਬਿਧੀਪੁਰ ਫਾਟਕ ਦੇ ਨੇੜੇ ਫੜਿਆ ਗਿਆ। ਪੁਲਿਸ ਇਹ ਦਾਅਵਾ ਕਰਦੀ ਪਈ ਆ, ਪਰ ਕੁਛ ਲੋਕ ਇਹ ਵੀ ਦੱਸਦੇ ਪਏ ਆ ਕਿ ਜਿੱਦਾਂ ਇਹਨਾਂ ਨੇ ਇੱਕ ਮੁਹਿੰਮ ਚਲਾਈ ਹੋਈ ਆ, ਸੰਪਰਕ ਸਾਧਦੇ ਪਏ ਆ ਕਿ ਪੇਸ਼ ਹੋ ਜਾਓ, ਉਹ ਵੀ ਇੱਕ ਨਿਕਲ ਕੇ ਆਉਂਦਾ ਪਿਆ, ਉਹ ਵੀ ਐਕਟੀਵਿਟੀ ਇੱਕ ਹੁੰਦੀ ਪਈ ਆ ਇੱਥੇ ਅੰਦਰ ਖਾਤੇ, ਸ਼ਾਇਦ ਉਹਦਾ ਵੀ ਨਤੀਜਾ ਹੋ ਸਕਦਾ। ਪਰ ਜੋ ਮਰਜ਼ੀ ਆ, ਇੱਕ ਸਵਾਲ ਤੇ ਖੜਾ ਹੋਏਗਾ ਨਾ ਕਿ ਜੇ ਏਡਾ ਵੱਡਾ ਤੁਸੀਂ ਗੈਂਗਸਟਰ ਫੜ ਲਿਆ, ਗਰੋਹਵਾਦ ਫੜ ਲਿਆ, ਕਾਤਲ ਫੜ ਲਿਆ, ਔਰ ਦਾਅਵਾ ਕਰਕੇ ਫੜ ਰਹੇ ਹੋ ਕਿ ਉਹਦੇ ਖਿਲਾਫ਼ ਬਹੁਤ ਸਾਰੇ ਮਾਮਲੇ ਸੀ, ਅਣਗਿਣਤ ਮਾਮਲੇ ਸੀ, ਔਰ ਜਦੋਂ ਉਹਨੂੰ ਫੜਿਆ ਗਿਆ ਉਹਦੇ ਕੋਲ ਬੇਸ਼ੁਮਾਰ ਅਸਲਾ ਸੀਗਾ। ਤਾਂ ਜਦੋਂ ਇਸ ਬੰਦੇ ਨੂੰ ਐ ਆਰਾਮ ਨਾਲ ਇਤਮਨਾਮ ਦੇ ਨਾਲ ਤੁਸੀਂ ਫੜ ਸਕਦੇ ਹੋ, ਤਾਂ ਜਿਹੜੇ ਦੂਸਰੇ ਗੈਂਗਸਟਰ ਜਿਹੜੇ ਤੁਸੀਂ ਇਨਕਾਊਂਟਰ ਬਣਾ ਕੇ ਮਾਰ ਦਿੰਦੇ ਜਾਂ ਇਨਕਾਊਂਟਰ ਦਾਅਵਾ ਕਰਕੇ ਕਿ ਇਹ ਇਨਕਾਊਂਟਰ ਹੋਇਆ ਉਹਦੇ ਚ ਮਾਰ ਦਿੰਦੇ ਹੋ, ਤਾਂ ਉਹ ਨੌਬਤ ਕਿਉਂ ਆਉਂਦੀ ਹੈ? ਸਭ ਤੋਂ ਵੱਡਾ ਸਵਾਲ ਇਸ ਗ੍ਰਿਫਤਾਰੀ ਤੋਂ ਇਹੋ ਹੀ ਨਿਕਲਦਾ ਹੈ ਕਿ ਅੱਜ ਜੇ ਤੁਸੀਂ ਇਸ ਬੰਦੇ ਨੂੰ ਚਿੱਟੇ ਦਿਨ ਘੇਰਾ ਪਾ ਕੇ ਫੜ ਸਕਦੇ ਹੋ, ਔਰ ਉਦੋਂ ਫੜ ਸਕਦੇ ਜਦੋਂ ਉਹਦੇ ਕੋਲ ਬੇਸ਼ੁਮਾਰ ਅਸਲਾ ਸੀ ਤੁਹਾਡੇ ਦਾਅਵੇ ਦੇ ਮੁਤਾਬਕ, ਤਾਂ ਫਿਰ ਤੁਸੀਂ ਦੂਸਰਿਆਂ ਨੂੰ ਕਦ ਭੁੰਨ ਦਿੰਦੇ ਹੋ। ਇਹ ਚੀਜ਼ ਜਿਹੜੀ ਹੈ ਉਹ ਸਵਾਲ ਦੇ ਰੂਪ ਦੇ ਵਿੱਚ ਹੈ। ਵੈਸੇ ਇਸ ਗ੍ਰਿਫਤਾਰੀ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ, ਔਰ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਕਾਮਯਾਬੀ ਮਿਲਦੀ ਹੈ ਤੇ ਨਾਲ ਦੀ ਨਾਲ ਟਵੀਟ ਠੋਕ ਦਿੰਦਾ, ਅੱਜ ਇਹਨੇ ਵਧਾਇਓ ਦਾ ਟਵੀਟ ਠੋਕ ਦਿੱਤਾ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਆਪਾਂ ਜੇ ਗੱਲ ਕਰੀਏ, ਪੰਜਾਬ ਪੁਲਿਸ ਦੀ ਭਰਤੀ ਦੌਰਾਨ ਹੁਣ ਰਿਟਨ ਟੈਸਟ ਹੋਵੇਗਾ? ਦੇਖੋ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਭਰਤੀ ਹੋਣੀ ਹੈ ਨਾ, ਹੁਣ ਦੱਸਦੇ ਆ ਕਿ 4000 ਕਾਂਸਟੇਬਲਾਂ ਦੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ, ਤਕਰੀਬਨ ਤਿਆਰੀ ਆ। ਔਰ ਜਦੋਂ ਇਹ ਭਰਤੀ ਨਿਕਲਦੀ ਹੈ ਨਾ, ਸੱਚ ਜਾਣੇ ਪੰਜਾਬ ਦੇ ਵਿੱਚ ਨਾ ਇੱਕ ਅਜੀਬ ਜੀ ਲਹਿਰ ਚੱਲ ਪੈਂਦੀ ਆ। ਉਹ ਲਹਿਰ ਕਾਹਦੀ ਆ ਕਿ ਜਿਹੜਾ ਬੱਚਾ ਕਦੇ ਵੀਡੀਓ ਗੇਮ ਖੇਡਦਾ ਰਹਿੰਦਾ, ਸ਼ਾਮ ਨੂੰ ਕਦੇ ਸਕੂਲ ਦੇ ਗਰਾਊਂਡ ਚ ਨਹੀਂ ਗਿਆ, ਉਹ ਵੀ ਰਨਿੰਗ ਕਰਨ ਚਲੇ ਜਾਂਦਾ ਕਿ ਸ਼ਾਇਦ ਆਪਾਂ ਵੀ ਭਰਤੀ ਹੋ ਜਾਈਏ। ਤਾਂ ਇੱਕ ਲਹਿਰ ਚੱਲ ਪੈਂਦੀ ਆ, ਮੁੰਡੇ ਬੜੇ ਪ੍ਰੈਕਟਿਸ ਕਰਦੇ ਆ, ਇੱਦਾਂ ਲੱਗਦਾ ਕਿ ਸਾਰਾ ਪੰਜਾਬ ਹੈ ਜਿਹੜਾ ਉਹ ਬੜਾ ਸਿਆਣਾ ਹੋ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਲਹਿਰ ਚੱਲ ਪੈਂਦੀ ਹੈ ਜਦੋਂ ਵੀ ਭਰਤੀ ਚੱਲਦੀ ਹੈ। ਸੋ ਹੁਣ ਇਹ ਭਰਤੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਣੀ ਆ, ਪਰ ਇਹਦੇ ਬਾਰੇ ਇਹਨਾਂ ਨੇ ਇੱਕ ਦਿਲਚਸਪ ਐਲਾਨ ਕੀਤਾ। ਐਲਾਨ ਇਹ ਹੋਇਆ ਕਿ ਰਿਟਨ ਟੈਸਟ ਹੋਏਗਾ,
ਜਿਹੜਾ ਕਿ ਪਿਛਲੀ ਭਰਤੀ ਦੇ ਵਿੱਚ ਨਹੀਂ ਸੀਗਾ, ਤੁਹਾਨੂੰ ਯਾਦ ਹੋਣਾ ਉਦੋਂ ਤੇ ਡੋਪ ਟੈਸਟ ਰੱਖ ਦਿੱਤਾ ਸੀਗਾ ਸੁਖਬੀਰ ਸਿੰਘ ਬਾਦਲ ਨੇ, ਡੋਪ ਟੈਸਟ ਲਾਜ਼ਮੀ ਕਰ ਦਿੱਤਾ ਸੀਗਾ। ਸੋ ਹੁਣ ਇਹਨਾਂ ਨੇ ਕਿਹਾ ਕਿ ਉਹ ਰਿਟਰਨ ਟੈਸਟ ਦੁਬਾਰਾ ਲਿਆ ਜਾਊਗਾ। ਔਰ ਨਾਲ ਇੱਕ ਚੀਜ਼ ਦੀ ਹੋਰ ਇਹਨਾਂ ਨੇ ਪੁਸ਼ਟੀ ਕੀਤੀ ਆ ਕਿ ਦੇਖੋ ਜਿਹੜਾ ਇਹ ਬੁੱਧੀ ਵਾਲਾ ਟੈਸਟ ਹੋਏਗਾ ਉਹ ਤੇ ਚਲੋ ਹੋਣਾ ਹੀ ਹੋਣਾ, ਪਰ ਇਹਦੇ ਵਿੱਚ ਇਹ ਆ ਕਿ ਜੇ ਕੋਈ ਮੰਨ ਲਓ ਬਹੁਤ ਜ਼ਿਆਦਾ ਬੁੱਧੀਜੀਵੀ ਹੈ ਔਰ ਪੜ੍ਹਿਆ ਲਿਖਿਆ ਬਹੁਤ ਅਕਲਵਾਨ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਫਿਜ਼ੀਕਲ ਟੈਸਟ ਦੇ ਵਿੱਚ ਕੋਈ ਛੋਟ ਮਿਲੇਗੀ। ਫਿਜ਼ੀਕਲ ਟੈਸਟ ਆਪਣੀ ਥਾਂ ਤੇ ਹੋਊਗਾ ਔਰ ਜਿਹੜਾ ਤੁਹਾਡਾ ਮੈਂਟਲੀ ਟੈਸਟ ਹੈ ਉਹ ਆਪਣੀ ਥਾਂ ਤੇ ਹੋਊਗਾ। ਦੋਨੇ ਟੈਸਟ ਹੋਣਗੇ, ਇੱਕ ਰਿਟਨ ਟੈਸਟ ਇੱਕ ਫਿਜ਼ੀਕਲ ਟੈਸਟ, ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਚੀਜ਼ ਹੈ। ਕਿਉਂਕਿ ਦੇਖੋ ਕਈ ਵਾਰ ਇਹ ਹੁੰਦਾ ਕਿ ਜਿਹੜਾ ਬੰਦਾ ਸਰੀਰਕ ਤੌਰ ਤੇ ਠੀਕ ਠਾਕ ਆ ਅਕਲ ਦੇ ਪੱਖੋਂ ਉਹ ਊਣਾ ਹੋ ਸਕਦਾ, ਇਹਦੇ ਚ ਕੋਈ ਸ਼ੱਕ ਨਹੀਂ, ਕਿਉਂਕਿ ਇਹ ਕੁਦਰਤ ਦੀ ਸਿੱਧੀ ਹੋਈ ਬੋਡੀ ਆ, ਇਹਦੇ ਵਿੱਚ ਘਾਟਾ ਵਾਧਾ ਹੁੰਦੇ ਹੋ ਜਾਂਦੀਆਂ ਕਈ ਵਾਰ। ਪਰ ਜੇ ਤੁਸੀਂ ਲਿਖਤੀ ਟੈਸਟ ਲੈਂਦੇ ਹੋ ਤਾਂ ਉਹਦੇ ਵਿੱਚ ਤੁਸੀਂ ਜ਼ਹਿਨੀਅਤ ਨੂੰ ਦੇਖ ਲੈਂਦੇ ਹੋ ਕਿ ਬੰਦੇ ਦੀ ਜ਼ਹਿਨੀਅਤ ਕਿੰਨੀ ਕੁ ਸ਼ਾਰਪ ਆ, ਕਿੰਨੀ ਕੁ ਤਿੱਖੀ ਆ, ਕਿੰਨੀ ਕੁ ਤੇਜ਼ ਆ, ਕਿੰਨੀ ਕੁ ਡੂੰਘੀ ਆ, ਕਿੰਨੀ ਕੁ ਗਹਿਰਾਈ ਰੱਖਦੀ ਆ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਠੀਕ ਆ, ਆ ਜਿਹੜੇ ਨਵੇਂ ਮੁੰਡੇ ਆਉਣਗੇ ਤੁਸੀਂ ਇਸ ਤਰ੍ਹਾਂ ਚੁਣ ਕੇ ਲਓਗੇ ਕਿ ਅੱਗੇ ਜਾ ਕੇ ਉਹਨਾਂ ਦਾ ਬਿਹੇਵੀਅਰ ਸਹੀ ਰਵੇ, ਉਹਨਾਂ ਦਾ ਵਤੀਰਾ ਜਿਹੜਾ ਪਬਲਿਕ ਦੇ ਨਾਲ ਠੀਕ ਰਵੇ, ਔਰ ਅੱਗੇ ਜਾ ਕੇ ਉਹ ਜਦੋਂ ਮੁਨਸ਼ੀ ਵਗੈਰਾ ਬਣਦੇ ਆ ਤਾਂ ਲਿਖਾ ਪੜ੍ਹੀ ਵਾਲੇ ਕੰਮ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਠੀਕ ਹੈ ਇੱਥੋਂ ਤੱਕ। ਪਰ ਜਿਹੜੇ ਤੁਹਾਡੇ ਆ ਵੱਡੇ ਅਧਿਕਾਰੀ ਪਹਿਲਾਂ ਭਰਤੀ ਹੋਏ ਆ ਜਿਹਨਾਂ ਨੂੰ ਬੋਲਣ ਦਾ ਲੱਖਣ ਹੀ ਹੈ ਨੀਗਾ, ਆਪ ਤੋਂ ਇਹਨਾਂ ਨਾਲ ਕੋਈ ਤਿੰਨ ਗੁਣਾ ਵੱਡੀ ਉਮਰ ਦਾ ਗੱਲ ਕਰਦਾ ਹੋਵੇ ਤੇ ਉਹ ਤੋਂ ਬਗੈਰ ਨਹੀਂ ਘੁੰਮਦੇ, ਇਹਨਾਂ ਨੂੰ ਵੀ ਅਕਲ ਵੰਡਣ ਦੀ ਜ਼ਰੂਰਤ ਆ, ਇਹਨਾਂ ਲਈ ਵੀ ਪ੍ਰੋਗਰਾਮ ਆਯੋਜਿਤ ਕਰਨ ਦੀ ਜ਼ਰੂਰਤ ਆ, ਇਹਨਾਂ ਲਈ ਵੀ ਵਰਕਸ਼ਾਪਾਂ ਲਾਉਣ ਦੀ ਜ਼ਰੂਰਤ ਹੈ। ਠੀਕ ਹੈ ਕਿ ਨਵੀਂ ਭਰਤੀ ਤੁਸੀਂ ਏਦਾਂ ਦੀ ਕਰੋ ਕਿ ਜਿਹਦੇ ਵਿੱਚ ਨਾ ਸਿਰਫ ਫਿਜ਼ੀਕਲੀ ਫਿੱਟ ਹੋਣ ਮੁੰਡੇ ਕੁੜੀਆਂ, ਬਲਕਿ ਉਹਨਾਂ ਦਾ ਬੋਲਣ ਚੱਲਣ ਦਾ ਸਲੀਕਾ ਜਿਹੜਾ ਉਹ ਵੀ ਤਹਿਜ਼ੀਬ ਵਾਲਾ ਹੋਵੇ। ਪਰ ਆਹ ਜਿਹੜੇ ਬਣੇ ਆ, ਕੋਈ ਹੌਲਦਾਰ ਤੋਂ ਥਾਣੇਦਾਰ ਬਣ ਗਿਆ, ਕੋਈ ਥਾਣੇਦਾਰ ਤੋਂ DSP ਬਣ ਗਿਆ, ਆ ਹੁਣ ਤੇ ਕਈ SSP ਵੀ ਬਣ ਜਾਂਦੇ ਆ, ਪਰ ਇਹਨਾਂ ਨੂੰ ਵੀ ਜਿਹੜੇ ਉਖੜੇ ਘੁਆੜੇ ਵਾਂਗੂ ਪੈ ਜਾਂਦੇ ਆ ਇਹਨਾਂ ਨੂੰ ਵੀ ਥੋੜਾ ਬਹੁਤ ਅਕਲ ਦਾ ਦਾਨ ਜ਼ਰੂਰ ਦਿਓ ਕਿਸੇ ਤਰੀਕੇ ਨਾਲ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।